ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰਗੁਰ ਪ੍ਰਸਾਦ ਜਪ ਆਗ ਸਚ ਜੁਗਾਗ ਸਚ ਹੈ ਤੀ ਸਚ ਨਾਨਕ ਖੁਸ਼ੀ ਤੀ ਸਚ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ ਦਇਆ ਕਰੋ ਕਿਸ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾ ਦਰ ਤਪ ਹੈ ਭੀਤਰ ਵਗੈ ਕਾਤੀ ਪਰਮਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸੋ ਕਹੋ ਤਲ ਗੁਰ ਸੇਵੀਐ ਤਹਿਨਿਸ ਸਹਿਜ ਸੋ ਪਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾ ਸਤਨਾਮ ਧੰਨ ਵਾਹਿ ਗੁਰੂ ਸਾਹਿਬ ਜੀਓ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੁਤਾਏ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ ਹਜ਼ੂਰ ਦੀ ਇਲਾਹੀ ਗੁਰਬਾਣੀ ਦਾ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ। ਭਾਈ ਗੁਰਦਾਸ ਜੀ ਹੋਰਾਂ ਦਾ ਉਹ ਕਵਿਤ ਜਿਸ ਵਿੱਚ ਉਹਨਾਂ ਨੇ ਆਪਣੇ ਸਤਿਗੁਰੂ ਦੇ ਪ੍ਰਤੀ
ਸਾਹਿਬ ਦੇ ਬਿਰਧ ਦੀ ਸਤਿਗੁਰੂ ਆਪਣੇ ਸਿੱਖ ਤੇ ਕੀ ਨਿਰਾਮਤ ਕਰ ਗਏ। ਜਦੋਂ ਉਸ ਦਰ ਘਰ ਨੂੰ ਸਾਹਿਬ ਦੇ ਘਰ ਨੂੰ ਕੋਈ ਚੱਲ ਕੇ ਜਾਂਦਾ, ਆਪ ਨੇ ਸਰਵਨ ਕੀਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਦੀ ਉਚਾਰਨ ਕੀਤੀ ਪਵਿੱਤਰ ਬਾਣੀ ਵਿੱਚੋਂ, ਆਪ ਜੀ 11 ਪੌੜੀਆਂ ਦੀ ਵਿਚਾਰ ਸਰਵਨ ਕਰ ਚੁੱਕੇ। ਅੱਜ ਗੁਰੂ ਬਖਸ਼ਿਸ਼ ਦੇ ਨਾਲ ਆਪ ਜੀ ਨੇ 12ਵੀਂ ਪੌੜੀ ਸਰਵਨ ਕੀਤੀ ਹੈ। ਆਓ ਹਜ਼ੂਰ ਦੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਸਤਿਗੁਰੂ ਦੀ ਕਿਰਪਾ ਨਾਲ ਔਰ ਆਪ ਸੰਗਤ ਦੀ ਅਸੀਸ ਨਾਲ ਆਪਾਂ ਆਰੰਭ ਕਰਨੀ। ਸਹਿ ਬਖਸ਼ਿਸ਼ ਕਰੇ, ਆਪ ਅੰਦਰ ਨੂੰ ਇਕਾਗਰਤਾ ਟਿਕਾਓ ਬਖਸ਼ੇ। ਕਰੋ ਕਿਰਪਾਲਤਾ ਸਮੁਖੂ ਮਾਈ ਭਾਈ ਪਿਆਰ ਅਗਨ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਲੀਆਂ 4 ਪੌੜੀਆਂ ਵਿੱਚ ਆਪਾਂ ਨੂੰ ਇਹ ਕਿਰਪਾ ਕਰਕੇ ਦਰਸਾ ਚੁੱਕੇ ਨੇ ਕਿ ਜਦੋਂ ਉਸ ਪਰਮੇਸ਼ਵਰ ਦੇ ਨਾਮ ਨੂੰ, ਸਤਿਗੁਰੂ ਦੀ ਨਾਮ ਸਿੱਖਿਆ ਨੂੰ ਕੋਈ ਸੁਣਦਾ ਹੈ ਤੇ ਉਸ ਦੀ ਪਦਵੀ ਉਹ ਕਿੰਨੇ ਕੁ ਉੱਚੇ ਰੁਤਬੇ ਤੇ ਪਹੁੰਚ ਜਾਂਦਾ ਹੈ। ਆਪਾਂ 4 ਪੌੜੀਆਂ ਵਿੱਚ ਵਿਚਾਰੇ ਕਿ ਉਹ ਦੇਵਤਿਆਂ ਪੀਰਾਂ ਮਹਾਂਪੁਰਸ਼ਾਂ ਵਾਲੀਆਂ ਪਦਵੀਆਂ ਤੋਂ ਉੱਪਰ ਚਲਾ ਗਿਆ। ਉਹਦੇ ਅੰਦਰ ਗੁਰੂ ਨੇ ਬੇਅੰਤ ਗੁਣਾਂ ਦਾ ਭੰਡਾਰ ਪੈਦਾ ਕਰ ਦਿੱਤਾ ਤੇ ਅੱਜ ਸਤਿਗੁਰੂ ਕਹਿੰਦੇ ਨੇ ਜਦੋਂ ਉਸ ਨਾਮ ਸਿੱਖਿਆ ਨੂੰ ਸੁਣ ਕੇ ਕੋਈ ਮੰਨ ਲੈਂਦਾ ਹੈ। ਸਤਿਗੁਰੂ ਨੇ ਸੁਣਨ ਦਾ ਵਿਸ਼ਾ ਕੰਨਾਂ ਦਾ ਕੇ ਤੇ ਮੰਨਣ ਦਾ ਵਿਸ਼ਾ ਜਿਹੜਾ ਉਹ ਮਨ ਦਾ ਕੇ। ਵੈਸੇ ਹਜ਼ੂਰ ਨੇ ਬਾਣੀ ਵਿੱਚ ਜਦੋਂ ਮਨ ਦੀ ਗੱਲ ਕੀਤੀ ਤੇ ਮਨ ਵਚ ਤੇ ਕ੍ਰਮ ਤਿੰਨਾਂ ਦੀ ਗੱਲ ਕੀਤੀ। ਜਦੋਂ ਗੁਰੂ ਕੇ ਬਚਨਾਂ ਨੂੰ ਮੰਨਣਾ ਤੇ ਸਾਹਿਬ ਕਹਿਣ ਲੱਗੇ ਜਿੱਥੇ ਤੂੰ ਆਪਣੇ ਮੁੱਖ ਵਿੱਚੋਂ ਪਰਮੇਸ਼ਵਰ ਦੇ ਨਾਮ ਨੂੰ ਜਪਣਾ ਉੱਥੇ ਤੂੰ ਆਪਣੇ ਮਨ ਵਿੱਚ ਵੀ ਉਹਨੂੰ ਵਸਾ ਤੇ ਜਦੋਂ ਤੇਰੇ ਮਨ ਦੇ ਅੰਦਰ ਉਹ ਨਾਮ ਟਿਕ ਜਾਏ, ਉਹ ਗੁਰੂ ਕੀ ਨਾਮ ਸਿੱਖਿਆ ਵਸ ਜਾਏ, ਫਿਰ ਤੇਰੇ ਕਰਮ ਜਿਹੜੇ ਨੇ ਜੋ ਤੂੰ ਕੰਮ ਕਰਨਾ ਉਹਨਾਂ ਵਿੱਚੋਂ ਵੀ ਇਹ ਪ੍ਰਗਟ ਹੋਵੇ ਕਿ ਇਹਨੇ ਗੁਰੂ ਕੀ ਸਿੱਖਿਆ ਮੰਨ ਲਈ। ਹਜ਼ੂਰ ਅੱਜ ਕਹਿ ਰਹੇ ਨੇ ਕਿ ਮੰਨਣ ਵਾਲੇ ਦੀ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਮੈਂ ਇੱਕ ਅਰਜ ਕਰਦੇ ਹਾਂ। ਸਤਿਗੁਰੂ ਨੇ ਇਹ 4 ਪੌੜੀਆਂ ਉਚਾਰੀਆਂ ਨੇ, ਇਹਨਾਂ ਵਿੱਚੋਂ 1 ਪੌੜੀ ਇਹ ਮੰਨੇ ਦੀ ਤੇ ਬਾਕੀ ਜਿਹੜੀਆਂ 3 ਪੌੜੀਆਂ ਨੇ ਉਹ ਨੇ ਮੰਨੇ ਦੀਆਂ। ਇੱਥੇ ਮੰਨੇ ਨੂੰ ਨੰਨੇ ਤੇ ਕੇਵਲ 1 ਲਾਣ ਲੱਗੀ, ਇਹਦਾ ਉਚਾਰਨ ਗੁਰਮੁਖ ਜਨ ਮੰਨੇ ਕਰਦੇ ਨੇ ਤੇ ਅਗਲੀਆਂ ਪੌੜੀਆਂ ਵਿੱਚ ਸਾਹਿਬ ਨੇ ਨੰਨੇ ਨੂੰ ਦੁਲਾਵਾਂ ਲਾਈਆਂ ਨੇ ਮੰਨੇ ਤੇ ਅਰਥਾਂ ਵਿੱਚ ਫਰਕ ਹੈ। ਇਸ ਪਹਿਲੀ ਪੌੜੀ ਦਰ ਤੇ ਮੰਨੇ ਕੀ ਗੱਤ ਕਹੀ ਨਾ ਜਾਏ, ਇਹਦਾ ਮਤਲਬ ਜਿਸ ਨੇ ਮੰਨ ਲਿਆ, ਜਿਹਨੇ ਇਹਨੂੰ ਕਮਾ ਲਿਆ। ਤੇ ਜਦੋਂ ਆਪਾਂ ਸਾਹਿਬ ਦੇ ਬਚਨ ਪੜ੍ਹਨੇ ਨੇ ਮੰਨੇ ਸੁਰਤ ਹੋਵੇ ਮਨ ਬੁੱਧ, ਇਹਦਾ ਅਰਥ ਹੈ ਮੰਨਣ ਦੇ ਨਾਲ। ਇੱਕ ਬਾਣੀ ਦੀ ਪੌੜੀ ਇਹ ਕਿ ਜਿਸ ਨੇ ਮੰਨ ਲਿਆ ਤੇ ਅੱਗੇ ਸਾਹਿਬ ਕਹਿੰਦੇ ਨੇ ਜੇਕਰ ਉਹਨੂੰ ਕੋਈ ਮੰਨ ਲੈ ਹੋਰ ਵੀ ਤੇ ਉਹਦੇ ਜੀਵਨ ਅੰਦਰ ਕੀ ਕਿਰਪਾ ਹੁੰਦੀ। ਸਤਿਗੁਰੂ ਨੇ ਪਹਿਲੀ ਪੌੜੀ ਦੇ ਅੰਦਰ ਬਚਨ ਕੀਤਾ ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛਾ ਪਛਤਾਏ। ਕਿੰਨੇ ਜਿਸ ਨੇ ਸਤਿਗੁਰੂ ਦੀ ਨਾਮ ਸਿੱਖਿਆ ਨੂੰ ਪਹਿਲਾਂ ਸੁਣਿਆ ਤੇ ਸੁਣ ਤੋਂ ਬਾਅਦ ਆਪਣੇ ਜੀਵਨ ਵਿੱਚ ਉਹਨੇ ਨਾਮ ਸਿੱਖਿਆ ਨੂੰ ਮੰਨ ਵੀ ਲਏ, ਹਜ਼ੂਰ ਕਹਿੰਦੇ ਉਹਦੀ ਅਵਸਥਾ ਨੂੰ ਕੋਈ ਬਿਆਨ ਕਰ ਹੀ ਨਹੀਂ ਸਕਦਾ। ਜਿਹਨੇ ਮੰਨਿਆ ਉਹਦੀ ਹਾਲਤ ਨੂੰ, ਉਹਦੇ ਅੰਦਰ ਦੀ ਅਵਸਥਾ ਨੂੰ ਕਿਉਂ ਬਿਆਨ ਕਰੇਗਾ। ਸਾਹਿਬ ਕਹਿੰਦੇ ਜੇ ਕੋਈ ਕੋਸ਼ਿਸ਼ ਵੀ ਕਰੇ ਕਿ ਮੈਂ ਉਹਦੀ ਅਵਸਥਾ ਨੂੰ ਬਿਆਨ ਕਰਨਾ
ਤੇ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕੇਵਲ ਪਛਤਾਵਾ ਪੱਲੇ ਪਏਗਾ ਜਿਹਨੇ ਮੰਨ ਲਿਆ ਉਹਦੇ ਵਾਸਤੇ ਕੋਈ ਕਾਗਜ਼ ਨਹੀਂ ਕਾਗਜ਼ ਉੱਪਰ ਤੂੰ ਉਹਦੀ ਸਿਫਤ ਲਿਖ ਸਕੇ ਜਿਹਨੇ ਮੰਨ ਲਿਆ ਭਾਵੇਂ ਅਣਗਿਣਤ ਵਿਦਵਾਨ ਇਕੱਠੇ ਹੋ ਜਾਣ ਤੇ ਬੈਠ ਕੇ ਉਹਦੇ ਜੀਵਨ ਦੀ ਵਿਚਾਰ ਕਰੀ ਜਾਣ ਤੇ ਉਹ ਵੀ ਵਿਚਾਰ ਨਹੀਂ ਕਰ ਸਕਦੇ ਜਿਨ੍ਹਾਂ ਨੇ ਜਿਸ ਨੇ ਗੁਰੂ ਕੀ ਨਾਮ ਸਿੱਖਿਆ ਨੂੰ ਮੰਨ ਲਿਆ ਉਹਦੇ ਜੀਵਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਗੁਰੂ ਤੇ ਪਰਮੇਸ਼ਵਰ ਦੀ ਉਪਮਾ ਕੀਤੀ ਹਜ਼ੂਰ ਦੀ ਬਾਣੀ ਵਿੱਚ ਪ੍ਰਮਾਣ ਮਿਲਦੇ ਨੇ ਜਿੱਥੇ ਸਾਹਿਬ ਕਹਿੰਦੇ ਪਰਮੇਸ਼ਵਰ ਦੀ ਉਪਮਾ ਕੋਈ ਨਹੀਂ ਬਿਆਨ ਕਰ ਸਕਦਾ ਤੇ ਅੱਜ ਹਜ਼ੂਰ ਨੇ ਕਹਿ ਦਿੱਤਾ ਕਿ ਜਿਹਨੇ ਮੰਨ ਲਿਆ ਉਪਮਾ ਤਾਂ ਉਹਦੀ ਵੀ ਨਹੀਂ ਬਿਆਨ ਕੀਤੀ ਜਾ ਸਕਦੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨ ਅਸੀਂ ਪੜ੍ਹਨੇ ਹਾਂ ਹਜ਼ੂਰ ਕਿਰਪਾ ਕਰਦੇ ਨੇ ਕਹਿੰਦੇ ਨੇ ਪਰਮੇਸ਼ਵਰ ਆਗਾਮੇ ਇਹਦਾ ਅਰਥ ਅਪਹੁੰਚੇ ਆਪਾਂ ਪੜ੍ਹਨੇ ਹਾਂ ਉਹ ਅਗੋਚਰੇ ਉਹਦੇ ਤੱਕ ਸਾਡੇ ਇੰਦਰੀਆਂ ਦੀ ਪਹੁੰਚ ਨਹੀਂ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ ਕਹਿੰਦੇ ਨੇ ਕਿ ਜੇਕਰ ਕੋਈ ਵਿਦਵਾਨ ਆਪਣੇ ਜੀਵਨ ਅੰਦਰ ਬਹੁਤ ਸਾਰੀ ਪੜ੍ਹਾਈ ਕਰੇ ਤੇ ਬੇਅੰਤ ਗ੍ਰੰਥ ਇੰਨੇ ਕੁ ਪੜ੍ਹ ਲਵੇ ਪਰਮੇਸ਼ਵਰ ਦੇ ਸੰਬੰਧ ਅੰਦਰ ਜਿਨ੍ਹਾਂ ਗ੍ਰੰਥਾਂ ਦਾ ਭਾਰ ਕਰੀਏ ਤੇ ਉਹਨਾਂ ਦਾ ਵੇਟ ਹੀ ਮਨਾਂ ਦੇ ਹਿਸਾਬ ਨਾਲ ਹੋਵੇ ਇੰਨੇ ਕੁ ਗ੍ਰੰਥ ਪੜ੍ਹ ਲਏ ਤੇ ਉਹਨਾਂ ਦਾ ਭਾਰ ਮਨਾਂ ਨੂੰ ਹੀ ਹੋਵੇ ਤੇ ਸਾਹਿਬ ਕਹਿੰਦੇ ਇੰਨਾ ਕੁਝ ਪੜ੍ਹ ਕੇ ਸਾਰੀ ਜ਼ਿੰਦਗੀ ਲਾ ਕੇ ਜਦੋਂ ਉਹ ਪਰਮੇਸ਼ਵਰ ਬਾਰੇ ਕੁਝ ਲਿਖਣ ਲੱਗੇ ਤੇ ਉਹਦੇ ਹੱਥ ਵਿੱਚ ਕਲਮ ਨਾ ਹੋਵੇ ਪੌਣ ਦੇ ਹੱਥ ਵਿੱਚ ਹਵਾ ਜਿਤਨੀ ਤੇਜ਼ ਚੱਲਦੀ ਏ ਇਸ ਤਰ੍ਹਾਂ ਤੇਜ਼ ਚੱਲਣ ਵਾਲੀ ਕਲਮ ਹੋਵੇ ਤੇ ਸਾਹਿਬ ਕਹਿੰਦੇ ਸਾਰੀ ਧਰਤੀ ਨੂੰ ਕਾਗਜ਼ ਬਣਾ ਲਿਆ ਜਾਏ ਜਿਤਨਾ ਸਮੁੰਦਰ ਏ ਉਹਦੇ ਪਾਣੀ ਨੂੰ ਘੋਲ ਕੇ ਸ਼ਾਹੀ ਬਣਾ ਲਿਆ ਜਾਏ ਤੇ ਸਾਰੀ ਜ਼ਿੰਦਗੀ ਪੜ੍ਹ ਪੜ੍ਹ ਕੇ ਤੂੰ ਲਿਖਣ ਲੱਗ ਪਏ ਪਰਮੇਸ਼ਵਰ ਇੰਨਾ ਬੇਅੰਤੇ ਉਹਦੇ ਬਾਰੇ ਤੂੰ ਇੰਨਾ ਕੁਝ ਲਿਖ ਕੇ ਵੀ ਕਹੇਗਾ ਮੇਰੇ ਮਾਲਕਾ ਤੇਰੇ ਬਾਰੇ ਮੈਂ ਕੁਝ ਨਹੀਂ ਕਹਿ ਸਕਿਆ ਜਦੋਂ ਸਾਹਿਬ ਦੇ ਬਚਨ ਪੜ੍ਹਨੇ ਆ ਹਜ਼ੂਰ ਕਹਿੰਦੇ ਨੇ ਨਾਨਕ ਕਾਗਜ਼ ਲੱਖ ਮਣਾ ਪੜ੍ਹ ਪੜ੍ਹ ਕੀਚਾ ਭਾਓ ਮਸੂ ਤੋਟ ਨਾ ਆਵੇ ਲੇਖਣ ਪੌਣ ਚਲਾਓ ਸਾਹਿਬ ਕਹਿੰਦੇ ਨੇ ਭੀ ਤੇਰੀ ਕੀਮਤ ਨਾ ਪਵੇ ਹੋ ਕੇਵਡ ਆਖਾਂ ਨਾਉ ਆਪਾਂ ਆਉਣਾ ਇਸੇ ਪੌੜੀ ਤੇ ਮੰਨੇ ਕੀ ਗਤ ਕਹੀ ਨਾ ਜਾਏ ਕਹਿੰਦੇ ਨੇ ਇੰਨਾ ਕੁਝ ਲਿਖ ਵੀ ਲਵਾਂ ਫਿਰ ਵੀ ਭੀ ਤੇਰੀ ਕੀਮਤ ਨਾ ਪਵੇ ਹੋ ਕੇਵਡ ਆਖਾਂ ਨਾਉ ਇਹ ਬਚਨ ਭਗਤ ਕਬੀਰ ਸਾਹਿਬ ਨੇ ਕਹਿ ਉਹ ਕਹਿੰਦੇ ਨੇ ਕਬੀਰ ਸਾਤ ਸਮੁੰਦਰ ਮਸ ਕਰੋ ਕਰਮ ਕਰੋ ਬਨਰਾਏ ਬਸਦਾ ਕਾਗਜ਼ ਜੋ ਕਰੋ ਹਰ ਜਸ ਲਿਖਣ ਨਾ ਜਾਏ ਇਹਦਾ ਮਤਲਬ ਪਰਮੇਸ਼ਵਰ ਦਾ ਕੋਈ ਅੰਤ ਨਹੀਂ ਉਹਦੇ ਬਾਰੇ ਕੋਈ ਬਿਆਨ ਨਹੀਂ ਕਰ ਸਕਦਾ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਹਰ ਕੀ ਗਤ ਨੇ ਉਹ ਜਾਣੇ ਜੋਗੀ ਜਤੀ ਤਤੀ ਪਚ ਹਾਰੇ ਅਰਬੋ ਲੋਕ ਸਿਆਣੇ ਕਹਿਣਗੇ ਉਹਦੀ ਅਵਸਥਾ ਨੂੰ ਕਿੰਨੇ ਬਿਆਨ ਕਰਨੇ ਖਰੀ ਦੀ ਗੱਤ ਨੂੰ ਕੋਈ ਨਹੀਂ ਜਾਣਦਾ ਤੇ ਮੇਰਾ ਗੁਰੂ ਨਾਨਕ ਸਾਹਿਬ ਕਹਿ ਰਿਹਾ ਜਿਹਨੇ ਉਸ ਹਰੀ ਦੇ ਨਾਮ ਸਿੱਖਿਆ ਨੂੰ ਮੰਨ ਲਿਆ ਤੇ ਉਹ ਮੰਨਣ ਵਾਲੇ ਦੀ ਅਵਸਥਾ ਨੂੰ ਵੀ ਕੋਈ ਬਿਆਨ ਨਹੀਂ ਕਰ ਸਕਦਾ ਜੇ ਹਰੀ ਦੀ ਗੱਤ ਨੂੰ ਕੋਈ ਨਹੀਂ ਜਾਣਦਾ ਅਸੀਂ ਰੋਜ਼ ਪੜ੍ਹਨੇ ਹਾਂ ਤੁਮਰੀ ਗੱਤ ਮਿਤ ਤੁਮੇ ਹੀ ਜਾਣੀ ਇਹਦਾ ਮਤਲਬ ਨਿਰੰਕਾਰ ਦੀ ਅਵਸਥਾ ਨੂੰ ਉਹ ਪਰਮੇਸ਼ਵਰ ਆਪਣੇ ਬਾਰੇ ਆਪ ਜਾਣਦਾ ਤੇ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਿਆਰਿਆ ਜਦੋਂ ਕੋਈ ਨਾਮ ਸਿੱਖਿਆ ਸੁਣਦਾ ਤੇ ਉਸ ਸੁਣਨ ਵਾਲੇ ਦਾ ਜੀਵਨ ਇੰਨਾ ਕੁ ਉੱਚਾ ਹੋ ਗਿਆ ਜੇ ਹਰੀ ਦੀ ਗੱਤ ਨੂੰ ਕੋਈ ਨਹੀਂ ਜਾਣਦਾ ਤੇ ਮੰਨਣ ਵਾਲੇ ਦੀ ਵੀ ਗੱਤ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਜਿਹਨੇ ਆਪਣੇ ਜੀਵਨ ਵਿੱਚ ਮੰਨ ਲਿਆ ਤੇ ਹਜ਼ੂਰ ਨੇ ਬਾਣੀ ਵਿੱਚ ਕਿਹਾ ਜਿਸਨੇ ਵੀ ਕੁਝ ਪ੍ਰਾਪਤ ਕੀਤਾ ਉਹਨੇ ਮੰਨ ਕੇ ਸਤਿਗੁਰੂ ਕੇ ਪਵਿੱਤਰ ਬਚਨ ਅਸੀਂ ਪੜ੍ਹਨੇ ਹਾਂ ਮਹਾਰਾਜ ਕਹਿੰਦੇ ਨੇ ਜੇ ਇੱਕ ਵਿਦਿਆਰਥੀ ਆਪਣੇ ਉਸਤਾਦ ਦੇ ਕੋਲ ਪੜ੍ਹਨ ਜਾਂਦਾ ਦਿਨ ਰਾਤ ਉਸਤਾਦ ਦੇ ਕੋਲ ਉਹ ਪੜ੍ਹਦਾ ਕਹਿੰਦੇ ਨੇ ਅਸਲ ਵਿੱਚ ਉਸਤਾਦ ਦੀ ਖੁਸ਼ੀ ਕੇਵਲ ਉਹ ਲੈ ਸਕਦਾ ਜਿਸ ਵਿਦਿਆਰਥੀ ਨੇ ਉਸਤਾਦ ਦੇ ਬਚਨਾਂ ਨੂੰ ਸਤ ਕਰਕੇ ਮੰਨੇ ਜਿਹਨੇ ਉਹਦਾ ਸਤਿਕਾਰ ਕੀਤਾ ਤੇ ਜਿਹਨੇ ਅਦਬ ਨਹੀਂ ਕੀਤਾ ਜਿਹਨੇ ਉਹਦੇ ਬਚਨਾਂ ਨੂੰ ਮੰਨਿਆ ਨਹੀਂ ਤੇ ਉਹ ਆਪਣੇ ਜੀਵਨ ਵਿੱਚ ਕਦੀ ਕੁਛ ਕਮਾ ਨਹੀਂ ਸਕਦਾ ਇੱਕ ਗੱਲ ਬੜੀ ਸੋਹਣੀ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਬਾਬਾਣੀਆਂ ਕਹਾਣੀਆਂ ਵਿੱਚ ਲਿਖੀ ਏ ਉਹ ਕਹਿੰਦੇ ਨੇ ਜਿਸ ਵਕਤ ਰਾਵਣ ਜ਼ਮੀਨ ਤੇ ਡਿੱਗਾ ਪਿਆ ਰਾਮ ਚੰਦਰ ਜੀ ਨੇ ਉਹਨੂੰ ਜ਼ਮੀਨ ਤੇ ਛੱਡ ਦਿੱਤਾ
ਤੇ ਉਸ ਵਕਤ ਰਾਮ ਚੰਦਰ ਜੀ ਨੇ ਲਕਸ਼ਮਣ ਨੂੰ ਇੱਕ ਗੱਲ ਕਹੀ ਸੀ, ਲਕਸ਼ਮਣ ਰਾਵਣ ਕੋਲ ਜਾ, ਮਨੁੱਖ ਦੇ ਥਿੜਕਦਿਆਂ ਪਤਾ ਕੋਈ ਨਹੀਂ ਪਰ ਵਿਦਵਾਨ ਬੜਾ ਵੱਡਾ, ਤੂੰ ਇਹਦੇ ਕੋਲੋਂ ਕੁਝ ਨਾ ਕੁਝ ਇਹਦੇ ਜੀਵਨ ਦਾ ਤੱਤ ਕੁਝ ਸਿੱਖਿਆ ਤਾਂ ਲੈ ਕੇ ਆ। ਕਹਿੰਦੇ ਲਕਸ਼ਮਣ ਗਿਆ ਤੇ ਪ੍ਰੋਫੈਸਰ ਜੀ ਲਿਖਦੇ ਨੇ ਉਹ ਰਾਵਣ ਦੇ ਸਿਰਹਾਣੇ ਖੜਾ ਹੋ ਗਿਆ ਤੇ ਆਵਾਜ਼ ਦੇ ਕੇ ਕਹਿੰਦਾ, ਮਹਾਤਮਾ ਇਹ ਵਿਦਵਾਨ ਮੈਂ ਤੇਰੇ ਤੋਂ ਤੇਰੀ ਜ਼ਿੰਦਗੀ ਦਾ ਕੁਝ ਤੱਤ ਤੇਰਾ ਗਿਆਨ ਪੁੱਛਣ ਆਇਆ ਵਾਂ। ਰਾਵਣ ਨੇ ਦੋਨੋਂ ਅੱਖਾਂ ਖੋਲੀਆਂ ਤੇ ਆਪਣੇ ਨੇਤਰ ਖਿੰਡ ਫਿਰ ਬੰਦ ਕਰ ਲਏ। ਲਕਸ਼ਮਣ ਵਾਪਸ ਗਿਆ, ਕਹਿਣ ਲੱਗਾ ਮੈਂ ਪੁੱਛਿਆ ਜ਼ਰੂਰ ਏ, ਉਹਨਾਂ ਅੱਖਾਂ ਪੱਟੀਆਂ ਨੇ ਖੋਲੀਆਂ ਨੇ ਪਰਤ ਕੇ ਫਿਰ ਬੰਦ ਕਰ ਲਈਆਂ ਪਰ ਬੋਲੇ ਕੁਝ ਨਹੀਂ। ਤੇ ਅੱਗੋਂ ਰਾਮ ਜੀ ਨੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਲਕਸ਼ਮਣ ਲੜਾਈ ਵਿੱਚ ਲੜੇ ਆ ਉਹ ਸਾਡਾ ਦੁਸ਼ਮਣ ਏ ਪਰ ਜਦੋਂ ਕਿਸੇ ਤੋਂ ਕੁਝ ਲੈਣ ਜਾਈਏ ਉਦੋਂ ਸੁਰਾਣੇ ਵੱਲ ਨਹੀਂ ਖਲੋਈਦਾ, ਜਿਹਦੇ ਤੋਂ ਕੁਝ ਗੁਣ ਲੈਣਾ ਉਹਦੇ ਪੈਰਾਂ ਵਾਲੇ ਪਾਸੇ ਖੜੀ ਹੋਈਦਾ। ਉਹ ਠੀਕ ਦੁਸ਼ਮਣ ਏ ਪਰ ਅਦਬੋ ਦਾ ਕਰਨਾ ਪਏਗਾ। ਇਹਦਾ ਮਤਲਬ ਕਿ ਜੇ ਇੱਕ ਆਮ ਇਨਸਾਨ ਤੋਂ ਗੁਣ ਲੈਣੇ ਉਹਦੀ ਗੱਲ ਮੰਨਣੀ ਪਏਗੀ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਉਸ ਪਰਿਪੂਰਨ ਪਰਮੇਸ਼ਵਰ ਨੂੰ ਪਾਉਣਾ ਚਾਹੁੰਦਾ ਤੇ ਫਿਰ ਗੁਰੂ ਦੇ ਬਚਨਾਂ ਨੂੰ ਮੰਨ ਲੈ। ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਨਾ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ। ਕਹਿੰਦੇ ਆਪਣਾ ਤਨ ਵੀ ਭੇਟ ਕਰ ਦੇ, ਮਨ ਵੀ ਭੇਟ ਕਰ ਦੇ, ਭਾਵੇਂ ਧਨ ਵੀ ਭੇਟ ਕਰ ਦੇ, ਪਰ ਜਿੰਨੀ ਦੇਰ ਤੱਕ ਗੁਰੂ ਕਾ ਹੁਕਮ ਨਹੀਂ ਮੰਨਦਾ ਓਨੀ ਦੇਰ ਤੱਕ ਉਹਦੀ ਪ੍ਰਾਪਤੀ ਕਿਵੇਂ ਹੋਵੇਗੀ। ਸਾਹਿਬ ਕਹਿੰਦੇ ਜਿੰਨੇ ਮੰਨ ਲਿਆ ਉਹਦੀ ਅਵਸਥਾ ਸਭ ਤੋਂ ਉੱਚੀ ਹੈ। ਹਜ਼ੂਰ ਦੀ ਪਵਿੱਤਰ ਬਾਣੀ ਪੜ੍ਹਨੇ ਆ, ਸਾਹਿਬ ਕਹਿੰਦੇ ਗੁਰ ਰਸਨਾ ਅੰਮ੍ਰਿਤ ਬੋਲ ਦੀ ਹਰ ਨਾਮ ਸੁਹਾਵੀ, ਗੁਰੂ ਦੀ ਰਸਨਾ ਅੰਮ੍ਰਿਤ ਦੀ ਝੜੀ ਲਾਂਦੀ। ਸਤਿਗੁਰੂ ਆਪਣੇ ਮੁਖਾਰ ਬਿਨ ਤੋਂ ਜਦੋਂ ਬਚਨ ਕਰਦੇ ਨੇ ਤੇ ਬਚਨਾਂ ਵਿੱਚੋਂ ਅੰਮ੍ਰਿਤ ਝੜਦਾ ਹੈ। ਕਹਿਣ ਲੱਗੇ ਗੁਰ ਰਸਨਾ ਅੰਮ੍ਰਿਤ ਬੋਲ ਦੀ ਹਰ ਨਾਮ ਸੁਹਾਵੀ, ਜਿਨ ਸੁਣ ਸਿੱਖਾਂ ਗੁਰ ਮੰਨਿਆ ਤਿੰਨਾ ਭੁੱਖ ਸਟ ਜਾਵੀ। ਪਰ ਜਿੰਨਾ ਸਿੱਖਾਂ ਨੇ ਪਹਿਲਾਂ ਸੁਣ ਲਿਆ ਤੇ ਸੁਣ ਤੋਂ ਬਾਅਦ ਗੁਰੂ ਕੇ ਬਚਨਾਂ ਨੂੰ ਮੰਨ ਲਿਆ ਨਾ ਤੇ ਮੰਨਣ ਵਾਲੇ ਦੀਆਂ ਸਾਰੀਆਂ ਭੁੱਖਾਂ ਗੁਰੂ ਨੇ ਦੂਰ ਕਰ ਦਿੱਤੀਆਂ। ਸਾਹਿਬ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ, ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਖਸਮੈ ਕਾ ਮਹਿਲ ਪਾਏ ਸੀ। ਆਪਾਂ ਆਸਾ ਕੀ ਵਾਰੀ ਪੜ੍ਹਨੇ ਤੇ ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮੰਨ ਲਿਆ ਉਹਨਾਂ ਦੀ ਅਵਸਥਾ ਕਿੰਨੀ ਕੁ ਉੱਚੀ ਹੈ, ਉਹਨਾਂ ਦੀ ਮਹਿਮਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਗੁਰੂ ਕੇ ਬਚਨ ਮੰਨਣ ਵਾਲਾ ਜਿਹੜਾ ਉਹਦੀ ਅਵਸਥਾ ਨੂੰ ਬਾਣੀ ਆਪਣੀ ਵਿੱਚ ਉਹਨਾਂ ਨਿਰੂਪਣ ਕੀਤਾ। ਭਾਈ ਗੁਰਦਾਸ ਕਹਿੰਦੇ ਨੇ ਜਿਹੜਾ ਬਚਨ ਮੰਨਦਾ ਨਾ ਤੇ ਬਚਨ ਮੰਨਣਾ ਇਹ ਗੁਰੂ ਦੀ ਕਿਰਪਾ ਨਾਲ ਘਾਲ ਕਮਾਈ ਗੁਰੂ ਮਿਹਰ ਕਰੇ ਮੰਨ ਸਕਦਾ, ਨਹੀਂ ਤੇ ਬੰਦੇ ਦੇ ਥਿੜਕਦਿਆਂ ਕੋਈ ਪਤਾ ਨਹੀਂ। ਭਾਈ ਗੁਰਦਾਸ ਕਹਿੰਦੇ ਨੇ ਆਪਾਂ ਦਿਨੇ ਸਾਰਾ ਦਿਨ ਕੰਮ ਕਰਨੇ, ਸਵੇਰੇ ਦੁਪਹਿਰੇ ਸ਼ਾਮ ਜਾਂ ਸ਼ਾਮ ਜਾਂ ਸਵੇਰੇ ਆਪਾਂ ਭੋਜਨ ਜ਼ਰੂਰ ਛਕਨੇ। ਤੇ ਕਹਿਣ ਲੱਗੇ ਉਹ ਭੋਜਨ ਸਾਡੇ ਸਰੀਰ ਦਾ ਆਧਾਰ ਏ ਤੇ ਜਿਹੜਾ ਭੋਜਨ ਮਨੁੱਖ ਦਾ ਆਧਾਰ ਬਣਿਆ। ਕਹਿਣ ਲੱਗੇ ਇੱਕ ਗੱਲ ਚੇਤੇ ਰੱਖੀ, ਐਵੇਂ ਮਨੁੱਖ ਦੇ ਜੀਵਨ ਦਾ ਆਧਾਰ ਨਹੀਂ ਬਣ ਗਿਆ, ਇਸ ਅੰਨ ਨੇ ਇਸ ਭੋਜਨ ਨੇ ਪਹਿਲਾਂ ਕਿੰਨੀ ਕੁ ਮਿਹਨਤ ਕੀਤੀ ਤਾਂ ਕਿਤੇ ਜਾ ਕੇ ਇਹ ਮਨੁੱਖ ਦੀ ਖੁਰਾਕ ਬਣੀ। ਭਾਈ ਗੁਰਦਾਸ ਦਾ ਇੱਕ ਕਵਿਤ ਆਉਂਦਾ, ਕਹਿਣ ਲੱਗੇ ਜੈਸੇ ਤੋਂ ਅਨਾਦ ਆਦ ਅੰਤ ਪਰਯੰਤ ਹੰਤ। ਕਹਿਣ ਲੱਗੇ ਜਿਸ ਤਰ੍ਹਾਂ ਅੰਨ ਪਹਿਲਾਂ ਆਪਾਂ ਬੀਜਨੇ ਆ ਉਹਨੂੰ ਥਾਲੀ ਵਿੱਚ ਪਰੋਸ ਕੇ ਛਕਣੇ ਆ, ਐਵੇਂ ਨਹੀਂ। ਕਹਿੰਦੇ ਨੇ ਪਹਿਲਾਂ ਉਹ ਦਾਣੇ ਮਿੱਟੀ ਵਿੱਚ ਰੁਲੇ ਨੇ, ਪਰਤ ਕੇ ਉਸ ਦਾਣੇ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ, ਉਹਦੇ ਵਿੱਚੋਂ ਅੰਕੁਰ ਨਿਕਲਿਆ। ਮੈਂ ਅਰਜ਼ ਕਰ ਰਿਹਾ ਮੰਨਿਆ ਕਿਵੇਂ ਜਾਣੇ, ਉਹਦੇ ਵਿੱਚੋਂ ਬੂਟਾ ਬਣਿਆ, ਉਸ ਬੂਟੇ ਨੇ ਉਸ ਅਨਾਜ ਦੇ ਛੋਟੇ ਜਿਹੇ ਪੇਡੇ ਨੇ ਆਪਣੇ ਤਨ ਤੇ ਕੱਕਰ ਵੀ ਹੰਡਾ ਲਿਆ, ਗਰਮੀ ਦੀ ਲੂ ਚੱਲੀ ਉਹਨੂੰ ਵੀ ਬਰਦਾਸ਼ਤ ਕੀਤਾ, ਜੇ ਝੱਖੜ ਆਏ ਤਾਂ ਵੀ ਸਹਿ ਲੈ। ਕਹਿਣ ਲੱਗੇ ਉਹ ਅੰਨ ਜਿਹੜਾ ਪਹਿਲਾਂ ਮਿੱਟੀ ਵਿੱਚ ਰੁਲਿਆ, ਪਰਤ ਕੇ ਉਹਨੇ ਮੌਸਮ ਦਾ ਦੁੱਖ ਪਾਇਆ ਤੇ ਜਿੱਦਣ ਉਹ ਪੱਕ ਗਿਆ ਉਦਣ ਉਹਨੂੰ ਜ਼ਿਮੀਂਦਾਰ ਨੇ ਕੱਟਿਆ, ਕੱਟਣ ਤੋਂ ਬਾਅਦ ਉਹਨੂੰ ਝਾੜ ਕੇ ਪੀ ਦਿੱਤਾ, ਪੀਣ ਤੋਂ ਬਾਅਦ ਉਹਨੂੰ ਪਾਣੀ ਵਿੱਚ ਮਿਲਾ ਕੇ ਗੁੰਨਿਆ, ਤਾਂ ਕਿਤੇ ਜਾ ਕੇ ਉਹਨੇ ਅੱਗ ਤੇ ਰੱਖ ਕੇ ਚਾਹੇ ਉਸ ਅੰਨ ਨੂੰ ਭੁੰਨ ਕੇ ਖਾ ਲਿਆ, ਭਾਵੇਂ ਉਸ ਅੰਨ ਦਾ ਪ੍ਰਸ਼ਾਦਾ ਬਣਾ ਕੇ ਛਕ ਲਿਆ,
ਪਰ ਚੇਤੇ ਰੱਖੀ ਇੱਕ ਅੰਨ ਕਿਸੇ ਜੀਵਨ ਦਾ ਆਧਾਰ ਐਵੇਂ ਨਹੀਂ ਬਣਦਾ। ਕਹਿਣ ਲੱਗੇ ਅਸਲ ਵਿੱਚ ਪਹਿਲਾਂ ਉਹਨੇ ਆਪਣੇ ਆਪ ਨੂੰ ਕਮਾਇਆ ਹੋਇਆ। ਮੰਨਣ ਵਾਲਾ ਜਦੋਂ ਕਿਸੇ ਦੇ ਜੀਵਨ ਦੀ ਅਗਵਾਈ ਕਰਦੇ, ਜਿਹਦੀ ਸਾਹਿਬ ਕਹਿੰਦੇ ਨੇ ਅੱਜ ਨਾ ਕੋਈ ਮਹਿਮਾ ਲਿਖ ਸਕਦਾ, ਨਾ ਕੋਈ ਬਿਆਨ ਕਰ ਸਕਦਾ, ਐਵੇਂ ਗੱਲਾਂ ਨਾਲ ਨਹੀਂ, ਉਸ ਮੰਨਣ ਵਾਲੇ ਨੇ ਜੀਵਨ ਕਮਾਇਆ। ਕਹਿਣ ਲੱਗੇ ਜੈਸੇ ਤੋਂ ਅਨਾਦ ਆਦ ਅੰਤ ਪਰਯੰਤ ਹੰਤ ਸਕਲ ਸੰਸਾਰ ਕੋ ਆਧਾਰ ਪਇਓ ਤਾਂ ਹੀ ਸਹਿ। ਕਹਿੰਦੇ ਨੇ ਜਿਵੇਂ ਅੰਨ ਇੰਨਾ ਦੁੱਖ ਪਾਉਂਦਾ, ਫਿਰ ਕਿਤੇ ਜਾ ਕੇ ਬੰਦੇ ਦੀ ਪੇਟ ਦੀ ਭੁੱਖ ਨੂੰ ਦੂਰ ਕਰਦਾ। ਉਹਨਾਂ ਨੇ ਦੂਜਾ ਪ੍ਰਮਾਣ ਦਿੱਤਾ, ਕਹਿਣ ਲੱਗੇ ਜੈਸੇ ਤੋਂ ਕਪਾਸ ਤਰਾਸ ਦੇਤਨਾ ਉਸਾਸ ਕੱਢ ਹੈ। ਕਹਿਣ ਲੱਗੇ ਸਗਲ ਜਗਤ ਕੇ ਅੰਬਰ ਭੈ ਦੀਵਾਨੀ ਸੇ। ਕਹਿੰਦੇ ਨੇ ਕਦੀ ਆਪਾਂ ਤਨ ਤੇ ਬਸਤਰ ਲੈਨੇ ਆ, ਸਾਨੂੰ ਸਰਦੀ ਤੋਂ ਕੱਪੜਾ ਬਚਾਉਂਦਾ, ਗਰਮੀ ਤੋਂ ਬਚਾਉਂਦਾ, ਸਾਨੂੰ ਇਹ ਸਰੀਰ ਦੀ ਹਿਫਾਜ਼ਤ ਕਰਦਾ। ਪਰ ਭਾਈ ਗੁਰਦਾਸ ਕਹਿੰਦੇ ਨੇ ਅੰਨ ਕਿਸੇ ਨੂੰ ਜੀਵਨ ਤਾਂ ਦਿੰਦਾ ਪਹਿਲਾਂ ਆਪ ਇੰਨੀ ਕਮਾਈ ਕਰਦਾ, ਤੇ ਕਪਾਹ ਕੱਪੜਾ ਬਣ ਕੇ ਤਾਂ ਕਿਸੇ ਦੇ ਤਨ ਨੂੰ ਢੱਕ ਦਈਏ, ਪਹਿਲਾਂ ਉਹਨੇ ਆਪਣੇ ਆਪ ਨੂੰ ਕੁਰਬਾਨ ਕੀਤਾ। ਉਸ ਕਪਾਹ ਦੇ ਬੂਟੇ ਨੂੰ ਲੱਗੀ ਹੋਈ ਫੁੱਟੀ ਵਿੱਚੋਂ ਖਿੜੀ ਕਪਾਹ ਨੂੰ ਚੁੱਕਿਆ, ਉਹਨੂੰ ਪਹਿਲਾਂ ਝੰਬਿਆ, ਵੇਲਣੇ ਵਿੱਚ ਵੇਲਿਆ, ਪਰਤ ਕੇ ਉਹਦੇ ਉਹਨੇ ਚਰਖੇ ਤੇ ਚਾੜ ਕੇ ਉਸ ਰੂਹ ਦਾ ਸੂਤ ਬਣਾਇਆ, ਫਿਰ ਕਿਤੇ ਕੱਪੜਾ ਬਣਿਆ, ਉਹਨੂੰ ਕੱਟਿਆ ਤੇ ਸੂਈ ਧਾਗੇ ਨੂੰ ਸੀਆ। ਇੰਨਾ ਦੁੱਖ ਪਾ ਕੇ ਕਪਾਹ ਕਦੀ ਆਪਣੇ ਆਪ ਦੇ ਸਾਰੇ ਔਖੇ ਕੱਢਦੀ ਕਿ ਬੰਦੇ ਨੇ ਮੇਰੇ ਨਾਲ ਇੰਨਾ ਧੱਕਾ ਕੀਤਾ। ਕਹਿੰਦੇ ਨੇ ਇੱਕ ਕੱਪੜਾ ਇੰਨਾ ਦੁੱਖ ਪਾਉਂਦਾ ਤਾਂ ਕਿਸੇ ਦੇ ਤਨ ਨੂੰ ਢੱਕਦਾ, ਤੇ ਮੰਨਣ ਵਾਲਾ ਮਹਾਂਪੁਰਸ਼ ਉਹਦੀ ਐਵੇਂ ਅਵਸਥਾ ਨੂੰ ਬਿਆਨ ਨਹੀਂ ਹੋ ਸਕਦਾ, ਕਿਉਂਕਿ ਉਹਨੇ ਕਪਾਹ ਦੀ ਤਰ੍ਹਾਂ ਆਪਣੇ ਜੀਵਨ ਨੂੰ ਕਮਾਇਆ ਹੋਇਆ। ਕਹਿਣ ਲੱਗੇ ਜੈਸੇ ਤੋਂ ਕਪਾਸ ਤਰਾਸ ਦੇਤਨਾ ਉਸਾਸ ਕੱਢ ਹੈ, ਸਗਲ ਜਗਤ ਕੇ ਅੰਬਰ ਭੈ ਦੀਵਾਨੀ ਸੇ। ਭਾਈ ਸਾਹਿਬ ਨੇ ਤੀਜਾ ਪ੍ਰਮਾਣ ਦਿੱਤਾ, ਜੈਸੇ ਆਪਾ ਖੋਏ ਜਲ ਮਿਲੇ ਸਭ ਬਰਨਮੈ, ਜਿਵੇਂ ਪਾਣੀ ਆਪਣਾ ਆਪ ਗਵਾ ਦਿੰਦਾ, ਉਹਨੂੰ ਸਾਰੇ ਤਿਆਰ ਕਰਦੇ ਨੇ, ਸਾਰਿਆਂ ਰੰਗਾਂ ਵਿੱਚੋਂ ਮਿਲ ਗਿਆ। ਜੇ ਉਹਨੂੰ ਰੁੱਖ ਦੀਆਂ ਜੜਾਂ ਵਿੱਚ ਪਾਇਆ ਤੇ ਪਾਣੀ ਉਸ ਰੁੱਖ ਦੇ ਅੰਦਰ ਵੀ ਚਲਾ ਗਿਆ, ਜੇ ਕਿਸੇ ਪੰਛੀ ਨੇ ਉਹਨੂੰ ਪੀਤਾ, ਰੁੱਖ ਨੇ ਉਹਨੂੰ, ਪਾਣੀ ਨੇ ਉਹਦੀ ਵੀ ਪਿਆਸ ਬੁਝਾਈ, ਜੇ ਕਿਸੇ ਪਸ਼ੂ ਨੇ ਪੀਤਾ, ਪਾਣੀ ਨੇ ਉਸ ਪਸ਼ੂ ਦੀ ਪਿਆਸ ਬੁਝਾਈ, ਜੇ ਮਨੁੱਖ ਨੇ ਪੀਤਾ ਤੇ ਪਾਣੀ ਨੇ ਉਹਦੀ ਪਿਆਸ ਬੁਝਾ ਦਿੱਤੀ। ਕਹਿੰਦੇ ਜਿਹੜਾ ਪਾਣੀ ਹਰ ਇੱਕ ਨੂੰ ਪਿਆਰਾ ਲੱਗਦਾ ਐਵੇਂ ਨਹੀਂ, ਉਸ ਪਾਣੀ ਨੇ ਪਹਿਲਾਂ ਆਪਣੇ ਆਪ ਨੂੰ ਗਵਾਇਆ ਹੋਇਆ। ਤਿੰਨ ਪ੍ਰਮਾਣ ਦੇ ਕੇ ਕਿ ਅੰਨ ਪਹਿਲਾਂ ਆਪਣੇ ਆਪ ਨੂੰ ਗਵਾਉਂਦਾ ਤਾਂ ਕਿਸੇ ਦੇ ਪੇਟ ਦਾ ਆਸਰਾ ਬਣ ਗਈ, ਕਪਾਹ ਪਹਿਲਾਂ ਆਪਣੇ ਆਪ ਨੂੰ ਕੁਰਬਾਨ ਕਰ ਦਈਏ ਤਾਂ ਕਿਸੇ ਦੇ ਤਨ ਨੂੰ ਢੱਕ ਦਈਏ, ਪਾਣੀ ਪਹਿਲਾਂ ਆਪਣੇ ਆਪ ਨੂੰ ਗਵਾਉਂਦਾ ਤਾਂ ਕਿਸੇ ਦੇ ਜੀਵਨ ਦੀ ਪਿਆਸ ਬੁਝਾਉਂਦਾ। ਇਸੇ ਤਰ੍ਹਾਂ ਗੁਰੂ ਕਾ ਸਿੱਖ ਗੁਰੂ ਦੇ ਚਰਨਾਂ ਵਿੱਚ ਬਹਿ ਬਹਿ ਕੇ ਪਹਿਲਾਂ ਸੁਣਦਾ, ਫਿਰ ਮਨ ਨੂੰ ਸਾਧ ਸਾਧ ਕੇ ਗੁਰੂ ਕੇ ਬਚਨਾਂ ਨੂੰ ਮੰਨ ਲੈਂਦਾ, ਤੇ ਜਿੱਦਣ ਉਹ ਬਚਨ ਮੰਨ ਲੈ ਉਦਣ ਗੁਰੂ ਵੀ ਕਹਿੰਦਾ ਕਿ ਮੰਨੇ ਕੀ ਗੱਤ ਕਹੀ ਨਾ ਜਾਏ। ਜੇ ਤੂੰ ਅੱਜ ਮੰਨ ਲਿਆ ਤੇਰੀ ਅਵਸਥਾ ਬਿਆਨ ਨਹੀਂ ਹੋ ਸਕਦੀ। ਕਹਿਣ ਲੱਗੇ ਜੈਸੇ ਆਪਾ ਖੋਏ ਜਨ ਮਿਲੇ ਸਭ ਵਰਨ ਮੈਂ, ਮ੍ਰਿਗ ਖੱਗ ਮਾਨਸ ਤ੍ਰਿਪਤ ਗੱਤ ਤਾਂ ਹੀ ਸਹਿ। ਅਖੀਰ ਵਿੱਚ ਕਹਿਣ ਲੱਗੇ ਤੈਸੇ ਮਨ ਸਾਧ 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 ਨਾ ਕੇ ਸਾਧ ਭਏ, ਇਸੇ ਤਰ੍ਹਾਂ ਮਨ ਨੂੰ ਸਾਧ ਸਾਧ ਕੇ ਗੁਰੂ ਕੇ ਸਿੱਖਾਂ ਨੇ ਇੰਨੀ ਸਾਧਨਾ ਕੀਤੀ, ਤੈਸੇ ਮਨ ਸਾਧ 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 ਨਾ ਕੇ ਸਾਧ ਭਏ। ਤੇ ਭਾਈ ਗੁਰਦਾਸ ਕਹਿੰਦੇ ਨੇ ਸਕਲ ਸੰਸਾਰ ਕੋ ਉਧਾਰ ਅਗਵਾਹੀ ਸੇ। ਫਿਰ ਉਹ ਕੇਵਲ ਇੱਕ ਦੀ ਨਹੀਂ, ਜਿਹਨੇ ਮੰਨ ਲਿਆ ਉਹਦੀ ਅਵਸਥਾ ਨੂੰ ਕੀ ਬਿਆਨ ਕਰਨਾ, ਉਹ ਤਾਂ ਸਾਰੇ ਸੰਸਾਰ ਦੀ ਅਗਵਾਈ ਕਰਦਾ। ਸਤਿਗੁਰੂ ਨੇ ਕਿਰਪਾ ਕਰਕੇ ਆਪਣੀ ਬਾਣੀ ਵਿੱਚ ਕੁਝ ਪ੍ਰਮਾਣ ਦਿੱਤੇ ਨੇ। ਹਜ਼ੂਰ ਨੇ ਜਿੱਥੇ ਸਿਧਾਂਤ ਦੀ ਗੱਲ ਆਈ ਨਾ ਉੱਥੇ ਕਿਸੇ ਦਾ ਲਿਹਾਜ਼ ਨਹੀਂ, ਭਾਵੇਂ ਸਾਹਮਣੇ ਪੁੱਤਰ ਆ ਗਿਆ, ਭਾਵੇਂ ਸਾਹਮਣੇ ਸਿੱਖ ਆ ਗਿਆ, ਭਾਵੇਂ ਸੇਵਾਦਾਰ ਆ ਗਿਆ। ਮੈਂ ਬਾਣੀ ਵਿੱਚੋਂ ਤਿੰਨ ਚਾਰ ਪ੍ਰਮਾਣ ਦੇਣੇ ਨੇ ਕਿ ਜਿਨ੍ਹਾਂ ਨੇ ਗੁਰੂ ਕੇ ਬਚਨਾਂ ਨੂੰ ਮੰਨ ਲਿਆ ਮੇਰੇ ਸਤਿਗੁਰੂ ਨੇ ਉਹਨਾਂ ਨੂੰ ਕਿੰਨਾ ਕੁ ਉੱਚਾ ਰੁਤਬਾ ਦੇ ਦਿੱਤਾ, ਤੇ ਜਿਹੜੇ ਗੁਰੂ ਦੇ ਬਚਨਾਂ ਤੋਂ ਆਕੀ ਹੋ ਗਏ, ਬਚਨ ਮੰਨੇ ਨਹੀਂ ਗੁਰੂ ਤੋਂ ਸਿਆਣੇ ਬਣੇ, ਤੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕੀ ਪਦਵੀ ਦਿੱਤੀ। ਹਜ਼ੂਰ ਦੇ ਬਚਨ ਅਸੀਂ ਪੜ੍ਹਨੇ, ਤਵਾਰੀ ਗੁਰੂ ਖਾਲਸਾ ਅੰਦਰ ਗਿਆਨੀ ਗਿਆਨ ਸਿੰਘ ਨੇ ਇੱਕ ਬਚਨ ਕੀਤਾ,
ਕਹਿੰਦੇ ਨੇ ਜਿੱਦਣ ਭਾਈ ਲਹਿਣਾ ਜੀ ਗੁਰਗੱਦੀ ਇਹਨਾਂ ਨੂੰ ਮਿਲਣ ਲੱਗੀ ਇਹਨਾਂ ਤੇ ਉਦਣ ਕਰਤਾਰਪੁਰ ਕੁਝ ਬੇਦੀ ਕੁਲ ਦੇ ਬਜ਼ੁਰਗ ਵੀ ਆਏ ਨੇ, ਦਾਨੇ ਤੇ ਸਿਆਣੇ ਪੁਰਸ਼ ਆਏ, ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਇੱਕ ਬੇਨਤੀ ਕੀਤੀ ਸੀ। ਕਹਿਣ ਲੱਗੇ ਤੁਸੀਂ ਸਮਰੱਥ ਹੋ, ਸਾਨੂੰ ਅੱਜ ਪਤਾ ਲੱਗਾ ਤੁਸੀਂ ਦੀਨ ਦੁਨੀਆ ਦੇ ਮਾਲਕ ਹੋ, ਪਰ ਇੱਕ ਅਸੀਂ ਬੇਨਤੀ ਕਰ ਦਈਏ ਕਿ ਦੋ ਪੁੱਤਰ ਤੁਹਾਡੇ ਕੋਲ ਨੇ, ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ, ਪਰ ਗੱਦੀ ਤੁਸੀਂ ਇੱਕ ਸੇਵਕ ਨੂੰ ਦਿੰਦੇ ਪਏ ਹੋ। ਦੇਖੋ ਇਸ ਸੇਵਕ ਨੂੰ ਅਦਬ ਦਿਓ, ਇਹਨੂੰ ਮਾਣ ਦਿਓ, ਇਹਨੂੰ ਆਪਣੇ ਘਰ ਦੇ ਅੰਦਰ ਕੋਈ ਉੱਚੀ ਪਦਵੀ ਦੇ ਦਿਓ, ਪਰ ਜਿੱਥੋਂ ਤੱਕ ਗੁਰਗੱਦੀ ਦਾ ਸਵਾਲ ਹੈ ਨਾ, ਗੁਰਗੱਦੀ ਤਾਂ ਪੁੱਤਰਾਂ ਨੂੰ ਚਾਹੀਦੀ, ਤੁਹਾਡੇ ਪੁੱਤਰਾਂ ਨੇ ਕੋਈ ਘੱਟ ਕਮਾਈ ਕੀਤੀ, ਆਖਿਰ ਤੁਹਾਡਾ ਖੂਨ ਨੇ। ਮੇਰੇ ਸਾਹਿਬ ਨੇ ਇੱਕ ਬਚਨ ਕਹਿ, ਸਿੱਖ ਵਿਦਵਾਨ ਲਿਖਦੇ ਨੇ, ਬਾਬਾ ਸ੍ਰੀ ਚੰਦ ਜੀ ਦੀ ਕਮਾਈ ਨੂੰ ਨਮਸਕਾਰ ਏ, ਬਾਬਾ ਲਖਮੀ ਦਾਸ ਗੁਰੂ ਪੁੱਤਰ ਨੇ ਉਹਨਾਂ ਨੂੰ ਵੀ ਅਸੀਂ ਸਿਜਦਾ ਕਰਨੇ ਆ, ਪਰ ਜਿੱਥੋਂ ਤੱਕ ਗੁਰੂ ਕਾ ਹੁਕਮ ਮੰਨਣ ਦੀ ਗੱਲ ਏ, ਗੁਰੂ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਚੜਨ ਦੀ ਗੱਲ ਏ, ਉੱਥੇ ਕੇਵਲ ਭਾਈ ਲਹਿਣੇ ਪਹੁੰਚੇ। ਤਾਂ ਹੀ ਤਾਂ ਵਿਦਵਾਨਾਂ ਨੇ ਬੜੇ ਸੋਹਣੇ ਬਚਨ ਕਹਿ, ਇੱਕ ਅਦੀਬ ਲਿਖਦਾ, ਇਸ਼ਕ ਕੀ ਭੱਠੀ ਮੇਂ ਜਿਸਮ ਕੋ ਡਾਲ ਕਰ ਕੁੰਦਨ ਕਰ ਦਿਆ, ਕਿ ਗੁਰੂ ਨਾਨਕ ਨੇ ਭਾਈ ਲਹਿਣੇ ਤੇ ਕੀ ਕਿਰਪਾ ਕੀਤੀ, ਇਸ਼ਕ ਕੀ ਭੱਠੀ ਮੇਂ ਜਿਸਮ ਕੋ ਡਾਲ ਕਰ ਕੁੰਦਨ ਕਰ ਦਿਆ, ਲਹਿਣੇ ਸੇ ਅੰਗਦ ਬਣਾ, ਅੰਗਦ ਸੇ ਅੱਲਾ ਕਰ ਦਿਆ। ਕਹਿੰਦੇ ਨੇ ਲਹਿਣੇ ਤੋਂ ਅੰਗਦ ਬਣਾਇਆ ਤੇ ਅੰਗਦ ਬਣਾ ਕੇ ਕਹਿ ਦਿੱਤਾ, ਹੁਣ ਮੰਨੇ ਕੀ ਗੱਤ ਕਈ ਨਾ ਜਾਏ, ਤੇਰੀ ਅਵਸਥਾ ਨੂੰ ਕੌਣ ਬਿਆਨ ਕਰੇਗਾ, ਤੂੰ ਬਚਨਾਂ ਨੂੰ ਮੰਨ ਲਿਆ, ਲੈਣੇ ਸੇ ਅੰਗਦ ਕਰ, ਅੰਗਦ ਸੇ ਅੱਲਾ ਬਣਾ ਦਿਆ। ਸਹਿਜ ਸੱਚੇ ਪਿਤਾ ਨੇ ਉੱਥੇ ਇੱਕ ਬਚਨ ਕਿਹਾ, ਕਹਿਣ ਲੱਗੇ ਸਜਣੋ, ਜੋ ਕੁਝ ਲੈਣੇ ਨੇ ਮੇਰੇ ਵਿੱਚੋਂ ਤੱਕਿਆ, ਠੀਕ ਹੈ ਪੁੱਤਰ ਮੇਰਾ ਖੂਨ ਨੇ, ਪਰ ਉਹ ਕੁਝ ਇਹ ਨਹੀਂ ਮੰਨ ਸਕੇ, ਜੋ ਕੁਝ ਲੈਣਾ ਮੰਨ ਗਿਆ, ਜੋ ਕੁਝ ਉਹਨੇ ਦੇਖ ਲਿਆ। ਸ਼ਾਇਦ ਇਹੀ ਕਾਰਨ ਜਦੋਂ ਹਜ਼ੂਰ ਦੇ ਬਚਨ ਪੜ੍ਹਨੇ ਆ ਨਾ, ਤੇ ਗੁਰੂ ਨਾਨਕ ਸਾਹਿਬ ਇੱਕ ਪੌੜੀ ਵਿੱਚ ਆਸਾ ਕੀ ਵਾਰ ਵਿੱਚ ਬਚਨ ਕਰਦੇ ਨੇ ਕਿ ਚਾਕਰ ਲੱਗੇ ਚਾਕਰੀ, ਨੌਕਰ ਸਿੱਖ ਹੋਵੇ ਜੇ ਚੱਲੈ ਖਸਮੈ ਭਾਏ, ਖੁਰਮਤ ਤਿਸ ਨੂੰ ਅਗਲੀ ਉਹ ਵਜੋਂ ਤੇ ਦੂਣਾ ਖਾਏ। ਸਾਹਿਬ ਕਹਿੰਦੇ ਨੇ ਜਿਹੜਾ ਚਾਕਰ, ਜਿਹੜਾ ਨੌਕਰ, ਜਿਹੜਾ ਸਿੱਖ ਆਪਣੇ ਗੁਰੂ ਦੇ ਹੁਕਮ ਨੂੰ ਸੱਤ ਕਰਕੇ ਮੰਨ ਲੈਂਦਾ, ਮੇਰਾ ਗੁਰੂ ਨਾਨਕ ਸਾਹਿਬ ਕਹਿੰਦਾ ਸਜਣੋ, ਮੇਰਾ ਵਾਹਿਗੁਰੂ ਤਰੁੱਜ ਕੇ ਕਈ ਵਾਰੀ ਉਹਦੀ ਮਿਹਨਤ ਨਾਲੋਂ ਵੱਧ ਦਾਤ ਉਹਦੀ ਝੋਲੀ ਵਿੱਚ ਪਾ ਦਿੰਦਾ। ਪਰ ਗੁਰੂ ਅੰਗਦ ਸਾਹਿਬ ਨੇ ਨਾਲ ਇੱਕ ਹੋਰ ਬਚਨ ਕਹਿ ਦਿੱਤਾ, ਸਾਹਿਬ ਜੀ ਤੇ ਕਹਿੰਦੇ ਜੇ ਚੱਲੈ ਖਸਮੈ ਭਾਏ, ਤੇ ਗੁਰੂ ਅੰਗਦ ਸਾਹਿਬ ਕਹਿੰਦੇ ਚਾਕਰ ਲੱਗੇ ਚਾਕਰੀ, ਨਾਲੇ ਗਾਰ ਵਿਵਾਦ, ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ, ਹੁਣ ਇਹ ਵੀ ਕਹਿ ਮੈਂ ਗੁਰੂ ਕਾ ਸਿੱਖ ਹਾਂ, ਇਹ ਵੀ ਕਹਿ ਕਿ ਗੁਰੂ ਨਾਨਕ ਸਾਹਿਬ ਦੇ ਚਾਕਰ ਹਾਂ, ਤੇ ਜਦੋਂ ਗੁਰੂ ਕਹਿ ਸਿੱਖਾ ਮੇਰੇ ਇਸ ਹੁਕਮ ਨੂੰ ਮੰਨ ਲੈ, ਤੇ ਅੱਗੋਂ ਸਿੱਖ ਕਹਿ ਬਾਬਾ ਜੀ ਹੋਰ ਤਾਂ ਤੇਰੇ ਸਾਰੇ ਬਚਨ ਪ੍ਰਵਾਨ ਨੇ, ਪਰ ਜਿਹੜੀ ਗੱਲ ਤੂੰ ਆਹ ਕਹਿਣਾ ਪੈਣਾ ਇਹ ਮੈਂ ਨਹੀਂ ਮੰਨਣੀ, ਜੋ ਕੁਝ ਬਾਕੀ ਤੂੰ ਕਹਿ ਮੈਨੂੰ ਪ੍ਰਵਾਨ ਏ। ਕਹਿਣ ਲੱਗੇ ਤੂੰ ਕਾਹਦਾ ਚਾਕਰ ਹੋਏ ਜਿਹੜਾ ਮਾਲਕ ਦੇ ਸਾਹਮਣੇ ਖਲੋ ਕੇ ਕਹਿੰਦਾ ਮੈਂ ਤੇਰਾ ਇਹ ਬਚਨ ਮੈਨੂੰ ਪ੍ਰਵਾਨ ਨੇ। ਕਹਿੰਦੇ ਨੇ ਉਹ ਕਾਹਦਾ ਸਿੱਖ, ਸਿੱਖ ਤਾਂ ਉਹ ਜਿਹਨੇ ਮੰਨ ਲਿਆ ਮੇਰੇ ਗੁਰੂ ਨਾਨਕ ਸਾਹਿਬ ਜਦੋਂ ਚਾਕਰੀ ਕਰਦੇ ਨੇ ਖੁਦਾ ਦੀ, ਤੇ ਇੱਕ ਬਚਨ ਬੜਾ ਪਿਆਰਾ ਕਹਿੰਦੇ ਨੇ, ਆਖਦੇ ਨੇ ਹੇ ਮੇਰੇ ਵਾਹਿਗੁਰੂ, ਮੈਂ ਤੇਰਾ ਖਰੀਦਿਆ ਹੋਇਆ ਇੱਕ ਗੁਲਾਮ, ਤੂੰ ਕਿਰਪਾ ਤਾਂ ਕਰ, ਪੀਏ ਤਾਂ ਪਾਣੀ ਆਣੀ ਨੀਰਾ, ਖਾਏ ਤਾਂ ਪੀਸਣ ਜਾਊ, ਹੁਣ ਹੁਕਮ ਕਰ, ਜੇ ਤੈਨੂੰ ਪਿਆਸ ਲੱਗੇ ਮੈਂ ਪੀਣ ਵਾਸਤੇ ਪਾਣੀ ਲੈ ਕੇ ਆਵਾਂ, ਜੇ ਤੈਨੂੰ ਭੁੱਖ ਲੱਗੇ ਮੈਂ ਦਾਣੇ ਪੀ ਕੇ ਆਟਾ ਤਿਆਰ ਕਰਕੇ ਤੇਰੇ ਲਈ ਭੋਜਨ ਲੈ ਕੇ ਆਵਾਂ। ਕਹਿਣ ਲੱਗੇ ਮੈਂ ਤੇ ਤੇਰੇ ਹੁਕਮ ਦਾ ਬੱਧਾ ਵਾਂ, ਬਸ ਮੈਨੂੰ ਦੱਸ ਮੈਂ ਤੇਰੇ ਕਿਹੜੇ ਹੁਕਮ ਨੂੰ ਮੰਨਾਂ। ਸਹਿਬ ਸੱਚੇ ਪਿਤਾ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬਰਾਦਰੀ ਨੂੰ ਮੰਨਣ ਦੀ ਅਵਸਥਾ ਬੜੀ ਉੱਚੀ ਏ। ਪਿਆਰਿਓ ਕਹਿ ਦੇਣਾ, ਮੈਂ ਵੀ ਕਹਿ ਦਿਆਂਗਾ ਕਿ ਮੰਨਣ ਵਾਲਾ ਬੜਾ ਉੱਚਾ ਹੈ, ਪਰ ਜਦੋਂ ਗੁਰੂ ਕਿਰਪਾ ਕਰੇ ਤਾਂ ਸਮਝ ਪੈਂਦੀ ਏ ਕਿ ਗੁਰੂ ਦਾ ਹੁਕਮ ਜੇ ਉਹਦੀ ਗੱਤ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਮੰਨਣਾ ਕਿੰਨਾ ਕੁ ਉੱਚਾ ਹੈ। ਸਹਿਬ ਸੱਚੇ ਪਿਤਾ ਨੇ ਕਿਹਾ ਕਿ ਜੋ ਕੁਝ ਭਾਈ ਲਹਿਣੇ ਨੇ ਦੇਖਿਆ ਉਹ ਕੁਝ ਪੁੱਤਰਾਂ ਨੇ ਨਹੀਂ, ਬਰਾਦਰੀ ਨੇ ਕਿਹਾ ਨਹੀਂ ਤੁਹਾਡਾ ਖੂਨ ਨੇ। ਤੇ ਕਹਿੰਦੇ ਨੇ ਉਸ ਵਕਤ ਗੁਰਦੇਵ ਨੇ ਇੱਕੋ ਬਚਨ ਕਿਹਾ ਸੀ, ਦੋਨੋਂ ਪੁੱਤਰ ਵੀ ਕੋਲ ਬੁਲਾਏ,
ਭਾਈ ਲਹਿਣੇ ਨੂੰ ਵੀ ਕੋਲ ਬੁਲਾਇਆ ਤੇ ਕਿਹਾ ਸੀ, ਬੇਟਾ ਮੇਰੀ ਹੱਥ ਦੀ ਤਲੀ ਤੇ ਕੁਝ ਨਜ਼ਰ ਆਉਂਦਾ ਤੇ ਵੱਡੇ ਪੁੱਤਰ ਨੇ ਭਰੀ ਬਿਰਾਦਰੀ ਵਿਚ ਕਿਹਾ ਸੀ, ਪਿਤਾ ਜੀ ਤੇਰੇ ਹੱਥ ਦੀ ਤਲੀ ਤੇ ਇੱਕ ਟਕ ਹੈ। ਕਹਿਣ ਲੱਗੇ, ਬੇਟਾ ਧਿਆਨ ਨਾਲ ਤੱਕ ਕਿ ਹੋਰ ਵੀ ਤੈਨੂੰ ਕੁਝ ਨਜ਼ਰ ਆ ਰਿਹਾ। ਕਹਿਣ ਲੱਗੇ, ਨਹੀਂ ਮਹਾਰਾਜ, ਕੇਵਲ ਇੱਕ ਟਕੇ ਤੋਂ ਬਿਨਾਂ ਕੁਝ ਨਹੀਂ। ਹਜ਼ੂਰ ਮੁਸਕਰਾ ਪਏ ਤੇ ਛੋਟੇ ਨੂੰ ਆਵਾਜ਼ ਦੇ ਕੇ ਕਿਹਾ ਸੀ, ਬੇਟਾ ਤੂੰ ਕਦੀ ਮੇਰੀ ਹੱਥ ਦੀ ਤਲੀ ਤੇ ਦੇਖ ਕੀ ਨਜ਼ਰ ਆਉਂਦਾ। ਕਹਿਣ ਲੱਗਾ, ਪਿਤਾ ਜੀ ਜੋ ਕੁਝ ਵੱਡੇ ਭਰਾਤਾ ਨੇ ਕਿਹਾ ਉਹ ਕੁਝ ਤੇਰੀ ਹੱਥ ਦੀ ਤਲੀ ਵਿੱਚ ਟਕੇ ਤੋਂ ਬਿਨਾਂ ਕੁਝ ਨਜ਼ਰ ਨਹੀਂ ਆਉਂਦਾ। ਸਾਹਿਬ ਨੇ ਹੱਥ ਦੀ ਤਲੀ ਤੇ ਟਕਾ ਰੱਖਿਆ ਤੇ ਜਦੋਂ ਆਵਾਜ਼ ਦਿੱਤੀ, ਸਭ ਤੋਂ ਪਿੱਛੇ ਬੈਠਾ ਭਾਈ ਲੈਣਾ ਆਵਾਜ਼ ਦੇ ਕੇ ਕਹਿੰਦੇ ਨੇ, ਲੈਣਿਆ ਆ ਲੋਕ ਕਹਿੰਦੇ ਪਏ ਨੇ ਕਿ ਗੁਰੂ ਨਾਨਕ ਦੀ ਹੱਥ ਦੀ ਤਲੀ ਤੇ ਕੇਵਲ ਇੱਕ ਟਕਾ ਹੈ, ਪਰ ਮੈਨੂੰ ਦੱਸੀ ਮੇਰੇ ਪਿਆਰੇ ਸਿੱਖਾ ਮੇਰੀ ਹੱਥ ਦੀ ਤਲੀ ਤੇ ਤੈਨੂੰ ਕੀ ਨਜ਼ਰ ਆਉਂਦਾ। ਹੁਣ ਦੇਖੋ ਮਨੁੱਖੇ, ਗੁਰੂ ਨਾਨਕ ਪਾਤਸ਼ਾਹ ਲੈਣੇ ਕੋਲ ਉਹ ਅਵਸਥਾ ਨਹੀਂ ਕਿ ਬਿਆਨ ਕਰ ਸਕੇ ਕਿ ਗੁਰੂ ਨਾਨਕ ਦੇ ਹੱਥ ਵਿੱਚ ਕੀ ਕੁਝ। ਭਰੀ ਬਿਰਾਦਰੀ ਖਲੋਤੀ, ਕਹਿਣ ਲੱਗੇ, ਦੇਖ ਇੱਕ ਟਕਾ ਹੈ। ਕਹਿਣ ਲੱਗਾ, ਦਾਤਿਆ ਆਪੋ ਆਪਣੀ ਨਜ਼ਰ ਏ, ਦੁਨੀਆ ਨੂੰ ਕੇਵਲ ਇੱਕ ਟਕਾ ਨਜ਼ਰ ਆਉਂਦਾ ਪਿਆ। ਜੇ ਮੇਰੇ ਤੋਂ ਪੁੱਛੇ ਨਾ, ਤੇਰੇ ਹੱਥ ਵਿੱਚ ਚਾਰ ਪਦਾਰਥ ਪਏ ਨੇ, ਤੇਰੇ ਹੱਥ ਦੇ ਅੰਦਰ ਨਿਧੀਆਂ ਰਿਧੀਆਂ ਸਿੱਧੀਆਂ ਪਈਆਂ ਨੇ, ਤੇਰੇ ਹੱਥਾਂ ਵਿੱਚ ਦਾਤਾ ਬੈਰਾਗ ਏ, ਤੇਰੇ ਹੱਥਾਂ ਵਿੱਚ ਮਾਲਕ ਦਾ ਸਿਮਰਨ ਏ। ਜੇ ਸੱਚ ਪੁੱਛੇ ਮੇਰੇ ਗੁਰੂ ਨਾਨਕ ਸਾਹਿਬ ਜੀ, ਕੇਵਲ ਤੇਰੇ ਹੱਥਾਂ ਵਿੱਚ ਤਾਕਤ ਏ, ਤੂੰ ਕਰੋੜਾਂ ਜਨਮਾਂ ਦੇ ਪਾਪੀ ਨੂੰ ਇੱਕ ਖਿੰਨ ਵਿੱਚ ਉਹਦੀ ਬਾਂਹ ਪਕੜ ਕੇ ਖੁਦਾ ਦੇ ਚਰਨਾਂ ਵਿੱਚ ਪਹੁੰਚਾ ਦੇਣਾ, ਕੇਵਲ ਤੇਰੇ ਹੱਥਾਂ ਵਿੱਚ, ਹੋਰ ਕਿਸੇ ਕੋਲ ਨਹੀਂ। ਸਾਹਿਬ ਨੇ ਆਵਾਜ਼ ਦਿੱਤੀ, ਦੇਖੋ ਸਜਣੋ, ਹੱਥ ਦੀ ਤਲੀ ਹੋਵੇ ਪਰ ਇੱਕ ਨੇ ਮੰਨ ਲਿਆ ਕਿ ਗੁਰੂ ਨਾਨਕ ਸਾਹਿਬ ਮੇਰਾ ਮੁਰਸ਼ਦ ਏ, ਇਹਦੇ ਚਰਨਾਂ ਵਿੱਚ ਇਹਦੇ ਹੱਥਾਂ ਵਿੱਚ ਬਹੁਤ ਕੁਝ ਏ, ਇੱਕ ਮੇਰੇ ਕੋਲ ਆਏ ਨੇ ਕੇਵਲ ਪੁੱਤਰ ਬਣ ਕੇ, ਇੱਕ ਨੇ ਮੇਰੇ ਬਚਨਾਂ ਨੂੰ ਸੁਣ ਕੇ ਆਪਣੇ ਜੀਵਨ ਵਿੱਚ ਮੰਨ ਲਿਆ। ਤੇ ਉਸ ਵਕਤ ਇੱਕ ਬਚਨ ਕੀਤਾ ਸੀ, ਕਹਿਣ ਲੱਗੇ, ਪੁਰਖਾ ਅੱਜ ਤੋਂ ਬਾਅਦ ਤੇਰੇ ਸੀਸ ਤੇ ਖੁਦਾ ਵੱਲੋਂ ਨੂਰ ਦੀ ਝੜੀ ਲੱਗੇਗੀ। ਮੈਂ ਅਰਜ਼ ਕਰਾਂ ਇਹ ਬਾਣੀ ਦੇ ਬਚਨ ਨੇ। ਕਹਿਣ ਲੱਗੇ, ਤੂੰ ਮੰਨ ਲਿਆ, ਮੰਨਣ ਵਾਲੇ ਦੀ ਅਵਸਥਾ ਬੜੀ ਉੱਚੀ ਆ, ਲੈਣਿਆ ਤੂੰ ਅੰਗਦ ਦੇ, ਅੱਜ ਤੋਂ ਬਾਅਦ ਤੇਰੇ ਸੀਸ ਤੇ ਝੜੀ ਲੱਗੇਗੀ ਨੂਰ ਦੀ। ਤੇ ਲੋਕਾਂ ਨੇ ਪੁੱਛਿਆ, ਲੈਣਿਆ ਗੁਰੂ ਨੇ ਇੰਨੇ ਹੁਕਮ ਦਿੱਤੇ, ਤੂੰ ਕਿਸੇ ਹੁਕਮ ਤੇ ਤਰਕ ਨਹੀਂ ਕੀਤਾ। ਤੇ ਅੱਗੋਂ ਉਹਨੇ ਇੱਕੋ ਬਚਨ ਕਿਹਾ ਸੀ, ਜਿਹਨੂੰ ਗੁਰੂ ਕਹਿ ਹੀ ਦਿੱਤਾ ਤੇ ਫਿਰ ਪਰਤ ਕੇ ਉਹਦੇ ਤੇ ਤਰਕ ਕਰਨਾ ਆਪਣੀ ਅਗਿਆਨਤਾ ਹੈ, ਬਸ ਜੋ ਗੁਰੂ ਨੇ ਹੁਕਮ ਦੇ ਦਿੱਤਾ ਉਹਨੂੰ ਸੱਤ ਬਚਨ ਕਰਕੇ ਮੰਨਣ ਵਿੱਚ ਹੀ ਭਲਾ। ਇਹ ਕੇਵਲ ਸਾਖ ਹੀ ਨਹੀਂ, ਸਾਹਿਬ ਦਾ ਬਚਨ ਸੀ, ਪੜ੍ਹਨਿਆ ਹੋਵੇ ਸਿਫਤ ਖਸਮ ਦੀ ਸੱਤਾ ਬਲਵੰਡ ਜੀ। ਇਹ ਵੈਸੇ ਗੁਰੂ ਅੰਗਦ ਸਾਹਿਬ ਦੀ ਉਸਤਤ ਵਿੱਚ ਉਚਾਰਨ ਕੀਤੀ ਪੌੜੀ, ਅੱਠ ਪੌੜੀਆਂ ਨੇ ਰਾਮ ਕਲੀ ਕੀ ਵਾਰ ਦੀਆਂ। ਕਹਿੰਦੇ ਨੇ, ਗੁਰੂ ਅੰਗਦ ਸਾਹਿਬ ਜਿੱਥੇ ਤੁਸੀਂ ਬੈਠਦੇ ਹੋ, ਨਜ਼ਰਾਂ ਵਾਲੇ ਸਿੱਖਾਂ ਨੂੰ ਦਿਸਦਾ ਕਿ ਜਦੋਂ ਤੁਸੀਂ ਸਿੰਘਾਸਨ ਤੇ ਬੈਠਦੇ ਹੋ ਉਸ ਵਕਤ ਤੇਰੇ ਸੀਸ ਤੇ ਇੱਕ ਝੜੀ ਲੱਗਦੀ ਏ, ਤੇ ਇੰਜ ਪ੍ਰਤੀਤ ਹੁੰਦਾ ਜਿਵੇਂ ਰੱਬ ਜਿਹੜਾ ਆਤਮਕ ਮੰਡਲਾਂ ਵਿੱਚੋਂ ਤੇਰੇ ਸੀਸ ਤੇ ਨਾਮ ਦੀ ਝੜੀ ਤੇ ਲੱਗਦਾ। ਕਹਿਣ ਲੱਗੇ, ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਪੁਰਸੋਂ ਝੱਟੀਐ ਤੁਧ ਦਿੱਠੈ, ਸੱਚੇ ਪਾਤਸ਼ਾਹ ਮਲ ਜਲਮ ਜਨਮ ਦੀ ਕਟੀਏ। ਕਹਿਣ ਲੱਗੇ, ਉਸ ਵਕਤ ਜਦੋਂ ਤੇਰੇ ਕੋਈ ਦੀਦਾਰ ਕਰਦਾ, ਸੱਚ ਜੇ ਗੁਰਪੁਰ ਮਾਇਆ ਕਿਉਂ ਏਦੂ ਬੋਲੋ ਹਟੀਐ। ਹੁਣ ਇਸ ਪੰਕਤੀ ਦੇ ਅਰਥ ਬੜੇ ਪਿਆਰੇ ਨੇ, ਸੱਚ ਜੇ ਗੁਰਪੁਰ ਮਾਇਆ, ਇੱਥੇ ਗੁਰ ਦੇ ਰਾਰੇ ਨੂੰ ਸਿਹਾਰੀਏ ਗੁਰੂ ਨੇ। ਲੋਕ ਕਹਿੰਦੇ ਨੇ, ਗੁਰੂ ਅੰਗਦ ਸਾਹਿਬ ਤੇਰੇ ਦਰਬਾਰ ਵਿੱਚ ਨੂਰ ਝੱਟਿਆ ਜਾਂਦਾ, ਤੇਰੇ ਘਰ ਅੰਦਰ ਨਾਮ ਦੀ ਝੜੀ ਏ। ਤੇ ਮੇਰੇ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਨੇ, ਪਿਆਰਿਓ ਇਹ ਨਾਮ ਦੀ ਝੜੀ ਮੇਰੀ ਕਮਾਈ ਨਹੀਂ, ਸਿਰਫ ਮੈਂ ਤਾਂ ਇੱਕੋ ਗੱਲ ਸਮਝੀ ਸੀ, ਸੱਚ ਜੇ ਗੁਰਪੁਰ ਮਾਇਆ, ਜੇ ਮੇਰੇ ਗੁਰੂ ਨਾਨਕ ਨੇ ਜੋ ਬਚਨ ਕਹਿ ਦਿੱਤਾ ਮੈਂ ਤਰਕ ਨਹੀਂ ਸੀ ਕੀਤਾ, ਉਹਨੂੰ ਸੱਚ ਬਚਨ ਕਰਕੇ ਮੰਨ ਲਿਆ। ਸੱਚ ਜੇ ਗੁਰਪੁਰ ਮਾਇਆ ਕਿਉਂ ਏਦੂ ਬੋਲੋ ਹਟੀਐ। ਕਹਿਣ ਲੱਗੇ, ਜੋ ਗੁਰੂ ਨੇ ਕਹਿ ਦਿੱਤਾ ਉਸ ਬੋਲ ਤੋਂ ਪਛਾਟਣਾ ਇਹ ਸਿੱਖ ਦਾ ਕੰਮ ਨਹੀਂ, ਪਰ ਜਦੋਂ ਪੁੱਤਰਾਂ ਵੱਲ ਝਾਤੀ ਮਾਰਨੇ ਆ, ਜਿਹਨੇ ਮੰਨਿਆ ਉਹਨੂੰ ਤੇ ਸੱਤਾ ਬਲਵੰਡ ਕਹਿੰਦੇ ਨੇ ਕਿ ਦਾਤਾ ਨੂਰ ਝੱਟਿਆ ਜਾਂਦਾ ਤੇਰੇ ਤੇ, ਜਿਹਨਾਂ ਨਹੀਂ ਮੰਨਿਆ
ਉਹਨੂੰ ਕਹਿੰਦੇ ਨੇ ਪੁੱਤਰੀ ਕੌਣ ਨਾ ਪਾਲਿਓ ਕਰ ਪੀਰੋ ਕੰਨ ਮੁਰਤੀਏ, ਕਿ ਪੁੱਤਰਾਂ ਨੇ ਬਚਨ ਮੰਨਿਆ ਨਹੀਂ, ਮੋਢਾ ਮਾਰ ਕੇ ਗੁਰੂ ਵੱਲ ਪਿੱਛ ਕਰਕੇ ਚਲੇ ਗਏ। ਮੈਂ ਤਿੰਨ ਚਾਰ ਪ੍ਰਮਾਣ ਦੇਣੇ ਨੇ ਬਾਣੀ ਵਿੱਚੋਂ, ਜਿਨ੍ਹਾਂ ਨੇ ਸੁਣ ਕੇ ਮੰਨਿਆ ਉਹਨਾਂ ਦੀ ਅਵਸਥਾ ਬਿਆਨ ਤੋਂ ਬਾਹਰ ਹੈ। ਉਹ ਸਿੱਖ ਭਾਈ ਲੈਣਾ ਜੀ ਗੁਰੂ ਅੰਗਦ ਬਣੇ ਅਵਸਥਾ ਬਾਹਰ ਦੀ। ਹੁਣ ਤੱਕੋ ਤੀਜੇ ਪਾਤਸ਼ਾਹ ਨੇ ਦੋਨੋਂ ਪੁੱਤਰ ਸਾਹਮਣੇ ਖਲੋਤੇ ਨੇ, ਬਾਣੀ ਬਾਬਾ ਮੋਹਨ ਵੀ ਸੁਣਦਾ, ਉਹਦੇ ਵਰਗੀ ਸਮਾਧੀ ਕਿਸਦੀ ਏ, ਉਹ ਵੀ ਬੜੇ ਟਿਕਾਅ ਵਿੱਚ ਬਹਿੰਦਾ। ਇੱਥੋਂ ਤੱਕ ਉਹਨਾਂ ਦਾ ਅਭਿਆਸ ਏ, ਕਿੰਨੇ ਕਿੰਨੇ ਦਿਨ ਅਡੋਲ ਟਿਕੇ ਰਹਿੰਦੇ ਨੇ। ਬਾਬਾ ਮੋਹਨ ਵੀ ਗੁਰੂ ਦੇ ਕੋਲ ਖਲੋਤਾ ਤੇ ਬਾਬਾ ਮੋਹਰੀ ਜੀ ਵੀ ਗੁਰੂ ਦੇ ਕੋਲ ਖਲੋਤੇ ਨੇ। ਮੈਂ ਬਾਬਾ ਮੋਹਨ ਜੀ ਦੇ ਜੀਵਨ ਤੇ ਤਰਕ ਨਹੀਂ, ਸਿਰਫ ਇੱਕ ਬਾਣੀ ਵਿੱਚੋਂ ਦ੍ਰਿਸ਼ਟਾਂਤ ਉਦਾਹਰਨ ਦੇ ਰਿਹਾ। ਜਿਨ੍ਹਾਂ ਮੰਨ ਲਿਆ ਉਹਨਾਂ ਦੀ ਗੱਤ ਨੂੰ ਕੌਣ ਬਿਆਨ ਕਰੇਗਾ। ਕਹਿੰਦੇ ਦੋਨੋਂ ਪੁੱਤਰ ਕੋਲ ਨੇ ਤੇ ਭਾਈ ਜੇਠੇ ਨੂੰ ਪੋਸ਼ਾਕ ਨਵੀਂ ਪਵਾਈਏ, ਤੇ ਜਿੱਦਣ ਤਖ਼ਤ ਤੇ ਬਿਰਾਜਮਾਨ ਕੀਤਾ ਤੇ ਉਦਣ ਕਹਿ ਦਿੱਤਾ, ਬੇਟਾ ਮੋਹਨ ਜੇ ਪਿਤਾ ਦੀ ਖੁਸ਼ੀ ਲੈਣੀ ਏ ਤੇ ਅੱਜ ਤੋਂ ਬਾਅਦ ਭਾਈ ਜੇਠੇ ਨੂੰ ਗੁਰੂ ਰਾਮਦਾਸ ਮੰਨੋਗੇ, ਪਹਿਲਾ ਨਮਸਕਾਰ ਮੈਂ ਕਰਨਾ ਵਾ। ਵੈਸੇ ਕੈਸੇ ਕਮਾਲ ਦੇ ਬਚਨ ਨੇ। ਉਦਣ ਗੁਰਮੁਖਾਂ ਨੇ ਇੱਕ ਬੜੀ ਪਿਆਰੀ ਗੱਲ ਤੇ ਕਥਾ ਦਰਬਾਰ ਵਿੱਚ ਸਿੰਘ ਸਾਹਿਬ ਨੇ, ਕਹਿੰਦੇ ਨੇ ਜਦੋਂ ਗੁਰੂ ਦਰ ਤੇ ਆਈ ਗਏ ਨਾ, ਪਹਿਲਾਂ ਤਾਂ ਸਿੱਖ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਦਾ। ਆ ਪੜ੍ਹਿਆ ਆਪਾਂ ਬਾਣੀ ਵਿੱਚੋਂ ਵੀ, ਸਿੱਖ ਆਉਂਦਾ ਉਹ ਮੱਥਾ ਟੇਕਦਾ, ਤੇ ਜਿੱਦਣ ਗੁਰੂ ਦੇ ਬਚਨ ਮੰਨ ਲੈਂਦਾ ਪਹਿਲਾਂ ਸਿੱਖ ਗੁਰੂ ਦੇ ਚਰਨਾਂ ਵਿੱਚ ਝੁਕਦਾ, ਜਿੱਦਣ ਬਚਨ ਮੰਨ ਲੈਂਦਾ ਉਦਣ ਗੁਰੂ ਸਿੱਖ ਦੇ ਚਰਨਾਂ ਵਿੱਚ ਝੁਕ ਜਾਂਦਾ। ਚੇਤੇ ਰੱਖਣਾ ਮੰਨਣ ਵਾਲੇ ਦੀ ਅਵਸਥਾ ਉੱਚੀ ਏ। ਆਇਆ ਭਾਈ ਲੈਣਾ ਪਹਿਲਾਂ ਝੁਕਿਆ, ਆਏ ਨੇ ਭਾਈ ਜੇਠਾ ਜੀ ਪਹਿਲਾਂ ਆਪ ਝੁਕੇ ਨੇ, ਤੇ ਅੱਜ ਗੁਰੂ ਕਹਿੰਦਾ ਪਿਆ, ਸਤਿਗੁਰੂ ਕਹਿੰਦੇ ਨੇ, ਭਾਈ ਜੇਠੇ ਨੇ ਮੰਨ ਲਿਆ, ਮੇਰੇ ਪੁੱਤਰੋ ਮੇਰੇ ਸਿੱਖੋ ਇਹਦੇ ਚਰਨਾਂ ਵਿੱਚ ਝੁਕੋ। ਮੋਹਨ ਕਹਿੰਦਾ ਨਹੀਂ, ਮੈਂ ਇਹਨੂੰ ਕਦੀ ਵੀ ਨਮਸਕਾਰ ਨਹੀਂ ਕਰਾਂਗਾ, ਸਾਡੇ ਘਰ ਰਿਹਾ ਤੇ ਅੱਜ ਤਖ਼ਤ ਦਾ ਮਾਲਕ ਇਹ। ਤੇ ਗੁਰੂ ਗ੍ਰੰਥ ਸਾਹਿਬ ਨੇ ਫਿਰ ਪਦਵੀ ਦਿੱਤੀ। ਬਾਬਾ ਸੁੰਦਰ ਸਭ ਕੁਝ ਲਿਖਦੇ ਪਏ ਨੇ ਬਾਣੀ ਵਿੱਚ, ਕਹਿੰਦੇ ਜਿਹੜਾ ਗੁਰੂ ਦੇ ਬਚਨਾਂ ਨੂੰ ਮੰਨ ਲੈਂਦਾ ਮੇਰਾ ਗੁਰੂ ਉਹਨੂੰ ਸਨਮੁਖ ਦੀ ਪਦਵੀ ਦੇ ਦਿੰਦਾ। ਕਿਹੋ ਜਿਹਾ ਬਚਨ ਕਿਹਾ? ਕਹਿਣ ਲੱਗੇ ਗੁਰੂ ਸਾਹਿਬ ਨੇ ਜਦੋਂ ਬਚਨ ਕਿਹਾ ਉਸ ਵਕਤ ਬਾਬਾ ਮੋਹਰੀ ਜੀ ਉੱਠ ਕੇ ਸਾਹਮਣੇ ਹੋਏ ਨੇ। ਕਹਿਣ ਲੱਗੇ ਉਹਨਾਂ ਨੇ ਦੋਨੋਂ ਹੱਥ ਜੋੜ ਕੇ ਧੰਨ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਨਮਸਕਾਰ ਕਰ ਦਿੱਤੀ। ਕਹਿਣ ਲੱਗੇ ਉਸ ਵਕਤ ਮੋਹਰੀ ਪੁੱਤ ਸਨਮੁਖ ਹੋਵਾ, ਰਾਮਦਾਸ ਹੈ ਤੈਰੀ ਪਾਈ ਜੀਓ, ਮੰਨਣ ਵਾਲੇ ਨੂੰ ਸਨਮੁਖ ਦੀ ਪਦਵੀ ਦਿੱਤੀ ਏ। ਕਹਿਣ ਲੱਗੇ ਉਹਨੂੰ ਸਨਮੁਖ ਦੀ ਪਦਵੀ ਦੇ ਦਿੱਤੀ। ਬਾਬੇ ਮੋਹਨ ਦਾ ਜ਼ਿਕਰ ਨਹੀਂ। ਉਸ ਤੋਂ ਅੱਗੇ ਪ੍ਰਮਾਣ ਆਪਾਂ ਦੇਖਦੇ ਹਾਂ ਬਾਣੀ ਵਿੱਚੋਂ ਦੋ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਇੱਕ ਤਾਂ ਭੱਟਾਂ ਦੇ ਸਵਈਏ ਨੇ, ਉਹਨਾਂ ਵਿੱਚੋਂ ਉਦਾਹਰਣ ਨੇ, ਤੇ ਇੱਕ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਰਾਮਦਾਸ ਦਾ ਸ਼ਬਦ। ਦੋਨੋਂ ਪੁੱਤਰ ਕੋਲ ਨੇ, ਪਿਰਥੀਆ ਵੀ ਰੋਜ਼ ਸੁਣਦਾ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਸੁਣਦੇ ਨੇ। ਪਿਰਥੀਆ ਵੀ ਬਾਣੀ ਦਾ ਨਿਤਨੇਮ ਕਰਦਾ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਕਰਦੇ ਨੇ। ਤੇ ਜਦੋਂ ਪਿਰਥੀਆ ਦਾ ਸਵਾਲ ਆਉਂਦਾ ਨਾ, ਤੇ ਉਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਉਹੀ ਬਾਪੂ ਪੁਕਾਰ ਕੇ ਕਹਿੰਦਾ, ਪੁੱਤਰ ਜਿਸ ਬਾਪੂ ਨੇ ਜਨਮ ਦਿੱਤਾ ਉਹਦੇ ਨਾਲ ਕਲੇਸ਼ ਪਾਇਆ, ਬੜਾ ਵੱਡਾ ਪਾਪ ਲੱਗਦਾ ਹੀ, ਤੇ ਜਿਹਨੇ ਗੁਰੂ ਦਾ ਬਚਨ ਮੰਨ ਲਿਆ ਉਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦਾ, ਜਿਹਨੇ ਗੁਰੂ ਅਰਜਨ ਦੇਵ ਦਾ ਨਾਂ ਲੈ ਲਿਆ ਉਹ ਕਦੀ ਨਰਕਾਂ ਵਿੱਚ ਜਾਂਦਾ ਹੀ, ਕਿਉਂਕਿ ਉਹਨੇ ਗੁਰੂ ਦੇ ਬਚਨਾਂ ਨੂੰ ਮੰਨ ਲਿਆ। ਜਿਹਨੇ ਨਹੀਂ ਮੰਨਿਆ, ਸਾਹਿਬ ਕਹਿੰਦੇ ਕਾਏ ਪੂਤ ਝਗੜ ਤੋ ਸੰਗ ਬਾਪ। ਗੁਰੂ ਰਾਮਦਾਸ ਕਹਿੰਦੇ ਪੁੱਤਰਾ ਕਿਉਂ ਲੜਨਾ, ਬਚਨ ਮੰਨ, ਮੰਨਣ ਵਾਲੇ ਦੀ ਅਵਸਥਾ ਉੱਚੀ ਹੁੰਦੀ ਆ। ਕਾਏ ਪੂਤ ਝਗੜ ਤੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿੰਨ ਸੌ ਝਗੜਤ ਪਾਪ, ਜਿਸ ਧਨ ਕਾ ਤੁਮ ਗਰਭ ਕਰਤ ਹੋ, ਸੋ ਤਨ ਕਿਸਾ ਨਾ ਆਪ। ਕਹਿੰਦੇ ਜਿਸ ਰੁਪਈਏ ਦੀ ਖਾਤਰ ਤੂੰ ਗੁਰੂ ਸਾਹਮਣੇ ਬੋਲਣਾ, ਇਹ ਰੁਪਈਆ ਤਾਂ ਇੱਕ ਖਿੰਡ ਵਿੱਚ ਬੰਦੇ ਦਾ ਸਾਥ ਕਰ ਜਾਂਦਾ। ਤੇ ਜਿੱਦਣ ਜਿਹਨੇ ਮੰਨਿਆ ਬਚਨ, ਉਹਨਾਂ ਨੂੰ ਪੁੱਛੋ ਖਾਂ ਕਦੀ ਭੱਟਾਂ ਨੂੰ, ਉਹ ਕਹਿੰਦੇ ਨੇ ਨਹੀਂ, ਬਾਬੇ ਪਿਰਥੀਏ ਨੂੰ ਕਿਹਾ ਗਿਆ ਤੂੰ ਝਗੜਾ ਪਾਉਂਦਾ, ਇਹਦੇ ਵਿੱਚ ਪਾਪ ਹੀ। ਤੇ ਜਿਹਨੇ ਬਚਨ ਮੰਨ ਲਏ ਨੇ, ਜੇ ਪਿਤਾ ਨੇ ਕਹਿ ਦਿੱਤਾ ਅਰਜਨ ਸਤਿਗੁਰੂ ਜੀ ਨੂੰ, ਪੁੱਤਰ ਲਾਹੌਰ ਜਾਣਾ, ਵੱਡੇ ਨੇ ਸੁਣੇ ਬਚਨ ਜ਼ਰੂਰ ਨੇ, ਪਰ ਗੁਰੂ ਅਰਜਨ ਦੇਵ ਕਹਿੰਦੇ ਨੇ ਪਿਤਾ ਜੀ ਅੱਜ ਤਾਂ ਸ਼ਾਦੀ ਵੀ ਚੱਲਾਂ ਵਾ,
ਤੇਰਾ ਹੁਕਮ ਪ੍ਰਵਾਨ ਹੈ, ਤੂੰ ਵਿਆਹ ਦੀ ਖੁਸ਼ੀ ਵਿੱਚ ਭੇਜਣਾ ਹੈ, ਤੇ ਕੱਲ ਜੇ ਆਪਣੇ ਪੁੱਤਰ ਨੂੰ ਕਹਿ ਦੇਣਾ ਤੂੰ ਲਾਹੌਰ ਜਾ ਕੇ ਆਪਣਾ ਸਰੀਰ ਤਿਆਗਣਾ, ਮੈਂ ਤੇਰੇ ਬਚਨਾਂ ਨੂੰ ਸੁਣ ਕੇ ਉਹ ਵੀ ਪ੍ਰਵਾਨ ਕਰਾਂਗਾ। ਕਵੀ ਸੰਤੋਖ ਸਿੰਘ ਨੇ ਇਹਨੂੰ ਬਿਆਨ ਕੀਤਾ, ਕਹਿਣ ਲੱਗੇ ਮੈਂ ਉਹ ਵੀ ਹੁਕਮ ਮੰਨਾਂਗਾ ਪਰ ਕਿਰਪਾ ਮੇਰੇ ਤੇ ਰੱਖੀ। ਹੁਣ ਇੱਕ ਪਾਸੇ ਪਾਪ ਲੱਗਦਾ ਝਗੜ ਨਾਲ, ਦੂਜੇ ਪਾਸੇ ਭੱਟ ਕਹਿੰਦੇ ਨੇ ਜਬ ਲਓ ਨੀ ਭਾਗ ਲਾਲ ਉਦੇ ਤਬ ਲੋ ਭਰਮ ਤੇ ਫਿਰਤੇ ਬਹੁਤਾਇਓ, ਕਲ ਘੋਰ ਸਮੁੰਦਰ ਮੈਂ ਬੁੱਢਕ ਤੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਜੈ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ, ਤੇ ਜਿਨੇ ਮੰਨ ਲਿਆ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ, ਮੰਨੇ ਕੀ ਗਤ ਕਹੀ ਨਾ ਜਾਏ, ਜਿਨੇ ਮੰਨ ਲਿਆ ਉਹਦੀ ਅਵਸਥਾ ਉੱਚੀ ਏ। ਵੇਖੋ ਜਿਨੇ ਵੀ ਮੰਨਿਆ ਉਹ ਕਿੰਨਾ ਕੁ ਉੱਚਾ, ਤੇ ਮੈਂ ਅਰਜ ਕਰਾਂ ਸਤਿਗੁਰੂ ਦੇ ਘਰ ਦੀ ਮਰਿਆਦਾ ਇੱਕੋ ਵੇ, ਜਿਹੜਾ ਗੁਰੂ ਵਿੱਚ ਵਿਤਕਰਾ ਪਾਉਂਦਾ ਹੈ ਨਾ। ਮੇਰਾ ਗੁਰੂ ਗੋਬਿੰਦ ਸਿੰਘ ਕਹਿੰਦਾ ਭਾਵੇਂ ਸਾਰੀ ਜ਼ਿੰਦਗੀ ਉਹ ਲਿਲਕੜੀਆਂ ਲੈਂਦਾ ਰਹੇ, ਉਹਨੂੰ ਪੱਲੇ ਕੁਝ ਨਹੀਂ ਪੈਣਾ। ਵਿਤਕਰਾ ਪਾਉਣ ਦਾ ਮਤਲਬ ਮੈਂ ਬਾਬੇ ਨਾਨਕ ਨੂੰ ਮੰਨਣਾ ਵਾਂ, ਮੈਂ ਕੇਵਲ ਗੁਰੂ ਤੇਗ ਬਹਾਦਰ ਜੀ ਨੂੰ ਮੰਨਣਾ ਵਾਂ, ਮੈਂ ਕੇਵਲ ਗੁਰੂ ਗੋਬਿੰਦ ਸਿੰਘ ਨੂੰ ਮੰਨਣਾ ਵਾਂ। ਮੇਰਾ ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਕਲਗੀ ਵਾਲਾ ਕਹਿੰਦਾ ਹੈ, ਉਹ ਤੂੰ ਆਪਣੇ ਮਨ ਵਿੱਚ ਦੀਵਾਰ ਖੜੀ ਕੀਤੀ, ਤੂੰ ਸਮਾਜ ਵਿੱਚ ਦੀਵਾਰ ਖੜੀ ਕੀਤੀ, ਤੂੰ ਪਰਿਵਾਰ ਵੀ ਦੀਵਾਰ ਖੜੀ ਕੀਤੀ, ਉਹ ਘੱਟੋ ਘੱਟ ਇੱਥੋਂ ਤਾਂ ਸੰਕੋਚ ਕਰਦੇ ਤੂੰ ਗੁਰੂ ਘਰ ਵੀ ਦੀਵਾਰ ਖੜੀ ਕਰ ਦਿੱਤੀ। ਮੈਂ ਬਾਬੇ ਨਾਨਕ ਦਾ ਸਿੱਖ ਹਾਂ, ਮੈਂ ਗੁਰੂ ਗੋਬਿੰਦ ਸਿੰਘ ਦਾ ਨਹੀਂ। ਮੇਰਾ ਸਾਹਿਬ ਕਹਿੰਦਾ ਸ਼੍ਰੀ ਨਾਨਕ ਅੰਗਦ ਕਰ ਜਾਣਾ, ਅੰਗਦ ਅਮਰਦਾਸ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਕਹਿਣ ਲੱਗੇ ਸਾਧਨ ਲਖਾ ਮੂੜ ਨਹੀਂ ਪਾਇਓ, ਭਿੰਨ ਭਿੰਨ ਸਗੂੰ ਕਰ ਜਾਣਾ, ਏਕ ਰੂਪ ਕਿਨੂੰ ਪਹਿਚਾਨਾ, ਜਿਨ ਜਾਣਾ ਤਿੰਨੀ ਸਿੱਧ ਪਾਈ। ਜਿਨੇ ਇਹ ਜਾਣਿਆ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਏਕੇ ਜ਼ਿੰਦਗੀ ਵਿੱਚ ਕਾਮਯਾਬ ਕੇਵਲ ਕੋਈ ਹੋਇਆ, ਕਹਿਣ ਲੱਗੇ ਭਿੰਨ ਭਿੰਨ ਸਗੂੰ ਕਰ ਜਾਣਾ, ਏਕ ਰੂਪ ਕਿਨੂੰ ਪਹਿਚਾਨਾ, ਜਿਨ ਜਾਣਾ ਤਿੰਨੀ ਸਿੱਧ ਪਾਈ, ਸਫਲਤਾ ਕੇਵਲ ਉਹਨੂੰ ਮਿਲੀ। ਹੁਣ ਤੱਕੋ ਜਿਹੜੇ ਬਚਨ ਮੰਨਦੇ ਨੇ ਉਹਨਾਂ ਦੀ ਅਵਸਥਾ ਮੈਂ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕੀਤਾ, ਬਚਨ ਮੰਨ ਲਿਆ ਲੈਣੇ ਤੋਂ ਗੁਰੂ ਅੰਗਦ, ਅੰਗਦ ਖੁਦਾ ਬਣ ਗਏ, ਬਾਬਾ ਅਮਰਦਾਸ ਜੀ ਗੁਰੂ ਅਮਰਦਾਸ ਬਣ ਗਏ ਨੇ, ਭਾਈ ਜੇਠਾ ਗੁਰੂ ਰਾਮਦਾਸ ਬਣ ਗਿਆ, ਤੇ ਇੰਨੇ ਉੱਚੇ ਹੋ ਗਏ ਨੇ। ਇੱਥੋਂ ਤੱਕ ਕਹਿੰਦੇ ਨੇ ਗੁਰੂ ਰਾਮਦਾਸ ਜਿੰਨੀ ਤੂੰ ਸੇਵਿਆ ਭਾਓ ਕਰ ਸੇ ਤੁਧ ਪਾਰ ਉਤਾਰਿਆ। ਹੁਣ ਭਾਈ ਵਾਹਿਗੁਰੂ ਗੁਰੂ ਅਰਜਨ ਦੇਵ ਗੁਰੂ ਬਣੇ ਨੇ, ਤੇ ਸੱਤਾ ਬਲਵੰਡ ਕਹਿੰਦਾ ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਵਾ, ਕਿ ਗੁਰੂ ਅਰਜਨ ਦੇਵ ਜੀ ਦਾ ਚੰਦੋਵਾ ਚਮਕਦਾ ਪਿਆ। ਕਹਿੰਦੇ ਇੰਨਾ ਭਾਰੀ ਗੁਰੂ ਉਗਵਣੋ ਤੈ ਆਤਮਣੋ, ਚੜ੍ਹਦੇ ਤੋਂ ਲੈ ਕੇ ਲੈਂਦੇ ਤਾਂ ਗੁਰੂ ਅਰਜਨ ਦੇਵ ਜੀ ਤੇਰਾ ਪ੍ਰਕਾਸ਼ ਹੀ ਪ੍ਰਕਾਸ਼, ਤੇਰੀ ਕਿਰਪਾ ਵੀ ਫੈਲਦੀ। ਉਗਵਣੋ ਤੈ ਆਤਮਣੋ ਤੋ ਚੱਕੀ ਕੀਨ ਲੋਵਾ, ਉਹਨਾਂ ਨੇ ਮੰਨ ਲਿਆ ਨਾ। ਤੇ ਦੇਖੋ ਗੁਰੂ ਸਾਹਿਬ ਆਪ ਪਹਿਲਾਂ ਝੁਕਦੇ ਰਹੇ, ਗੁਰੂ ਹਰਗੋਬਿੰਦ ਸਾਹਿਬ ਨੇ ਪੋਤੇ ਨੂੰ ਗੁਰਗੱਦੀ ਦੇ ਦਿੱਤੀ, ਗੁਰੂ ਹਰ ਰਾਇ ਸਾਹਿਬ ਜੀ ਨੇ ਗੁਰੂ ਹਰਕ੍ਰਿਸ਼ਨ ਛੋਟੇ ਪੁੱਤਰ ਨੂੰ ਗੱਦੀ ਦਿੱਤੀ, ਦੋ ਪੋਤੇ ਕੋਲ ਨੇ ਗੁਰੂ ਹਰਗੋਬਿੰਦ ਦੇ ਸਾਹਿਬ ਦੇ ਸਾਹਮਣੇ ਧੀਰ ਮਲ ਵੀ ਏ, ਤੇ ਚੇਤੇ ਰੱਖਣਾ ਗੁਰੂ ਹਰ ਰਾਇ ਸਾਹਿਬ ਵੀ ਏ। ਧੀਰ ਮਲ ਨੇ ਨਹੀਂ ਮੰਨਿਆ ਤੇ ਹਰ ਰਾਇ ਸਾਹਿਬ ਸਤਿਗੁਰੂ ਬਣ ਗਏ ਨੇ, ਇੰਨਾ ਬਚਨ ਮੰਨ ਲਿਆ। ਗੁਰੂ ਨੇ ਇੱਕੋ ਗੱਲ ਕਹੀ, ਪੁੱਤਰ ਜੇ ਚੋਲਾ ਵੱਡਾ ਪਾਇਆ ਹੋਵੇ ਤੇ ਸੰਕੋਚ ਕੇ ਤੁਰੀ ਦਾ, ਕਿਉਂਕਿ ਵੱਡੇ ਚੋਲੇ ਨਾਲ ਕਈ ਵਾਰੀ ਬੇਦੋਸ਼ੇ ਫੁੱਲ ਟੁੱਟ ਕੇ ਜ਼ਮੀਨ ਤੇ ਤਬਾਹ ਹੋ ਜਾਂਦੇ ਨੇ। ਮੰਨ ਲਿਆ ਗੁਰੂ ਬਣ ਗਏ। ਰਾਮ ਰਾਏ ਨੇ ਨਹੀਂ ਮੰਨਿਆ, ਮੁਸਲਮਾਨ ਦੀ ਥਾਂ ਬੇਈਮਾਨ ਕਹਿ ਰਿਹਾ, ਗੁਰੂ ਨੇ ਪ੍ਰਵਾਨ ਨਹੀਂ ਕੀਤਾ। ਹਰਕ੍ਰਿਸ਼ਨ ਗੁਰੂ ਬਣ ਗਏ। ਉਸ ਤੋਂ ਬਾਅਦ ਜਿਨ੍ਹੇ ਮੰਨ ਲਿਆ ਅੰਦਰ ਟੇਕ ਕੇ, ਦਿੱਲੀ ਤੋਂ ਗੱਦੀ ਉਹਦੇ ਕੋਲ ਆ ਰਹੀ ਹੈ, ਜਿਨ੍ਹੇ ਮੰਨੇ ਤੇਗ ਬਹਾਦਰ ਸਤਿਗੁਰੂ ਬਣ ਗਏ ਨੇ। ਉਸ ਤੋਂ ਬਾਅਦ ਗੋਬਿੰਦ ਰਾਏ ਗੁਰੂ ਬਣੇ ਨੇ। ਜੇ ਪਹਿਲੇ ਮੰਨਦੇ ਰਹੇ ਉਹਨਾਂ ਦੀ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਤੇ ਜਿੱਦਣ ਪੰਜਾਂ ਨੇ ਮੱਥਾ ਟੇਕ ਕੇ ਮੰਨ ਲਿਆ ਗੁਰੂ ਨੇ, ਉਦਣ ਵੀ ਕਹਿ ਦਿੱਤਾ ਸੀ ਸੱਜਣਾ ਕਿ ਖਾਲਸਾ ਮੇਰਾ ਸਤਿਗੁਰ ਪੂਰਾ, ਖਾਲਸਾ ਮੇਰਾ ਸੱਜਣ ਸੂਰਾ। ਜੇ ਉਸ ਮੰਨਣ ਵਾਲੇ ਦੀ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਤੇ ਜਿਨ੍ਹਾਂ ਪੰਜਾਂ ਨੇ ਮੰਨ ਲਿਆ ਅਵਸਥਾ ਇਹਨਾਂ ਦੀ ਵੀ ਬਿਆਨ ਨਹੀਂ ਹੋ ਸਕਦੀ। ਕਿਹੜੀ ਦੁਨੀਆਂ ਦੀ ਤਾਕਤ ਏ ਉਸ ਅਵਸਥਾ ਨੂੰ ਬਿਆਨ ਕਰੇ। ਅੱਜ ਮੇਰੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਜਿੱਥੇ ਤੂੰ ਸੁਣਿਆ
ਉੱਥੇ ਆਪਣੇ ਮਨ ਦੇ ਅੰਦਰ ਇਹਨੂੰ ਮੰਨਣਾ ਸ਼ੁਰੂ ਕਰ। ਮੈਂ ਅਰਜ਼ ਕਰਾਂ, ਸਾਹਿਬ ਨੇ ਮੰਨਣ ਵਾਲੇ ਨੂੰ ਨਾ ਮਿੱਠਾ ਰਸ ਖਾਣ ਨਾਲ ਤੁਲਨਾ ਦਿੱਤੀ ਹੈ, ਬੋਲਣ ਵਾਲੇ ਨੂੰ ਇੱਕ ਨਮਕੀਨ ਦਾ ਪਦਾਰਥ ਖਾਣ ਨਾਲ ਤੁਲਨਾ ਦਿੱਤੀ ਹੈ। ਚੇਤੇ ਰੱਖਣਾ, ਸਾਹਿਬ ਕਹਿੰਦੇ ਨੇ ਸਭ ਰਸ ਮਿੱਠਾ ਮੰਨਿਆ, ਜਿਹੜਾ ਮੰਨ ਲੈਂਦਾ ਉਹਦੇ ਜੀਵਨ ਵਿੱਚ ਮਿਠਾਸ ਭਰੀ ਜਾਂਦੀ ਹੈ। ਮੰਨੇ ਕੀ ਗਤ ਕਹੀ ਨਾ ਜਾਏ, ਸਭ ਰਸ ਮਿੱਠਾ ਮੰਨਿਆ, ਸੁਣੀਐ ਖਾ ਲੋਣੇ। ਸੁਣਨ ਵਾਲਾ ਇਸ ਤਰ੍ਹਾਂ ਜਿਵੇਂ ਨਮਕੀਨ ਪਦਾਰਥ ਖਾ ਰਿਹਾ, ਖੱਟ ਤੁਰਸੀ ਮੁੱਖ ਬੋਲਣਾ, ਬੋਲਣ ਵਾਲਾ ਇਸ ਤਰ੍ਹਾਂ ਜਿਵੇਂ ਤੁਰਸ ਪਦਾਰਥ ਸਕਦਾ। ਮਾਰਨ ਨਾਦ ਕੀਏ, ਜਿਹੜਾ ਕੀਰਤਨ ਕਰਦਾ ਮਨ ਨੂੰ ਇਸ ਤਰ੍ਹਾਂ ਜਿਵੇਂ ਮਸਾਲੇ। ਪਰ ਸਾਹਿਬ ਨੇ ਸਭ ਤੋਂ ਉੱਚਾ ਦਰਜਾ ਮੰਨਣ ਵਾਲੇ ਨੂੰ ਦਿੱਤਾ, ਜਿਹਨੇ ਮੰਨ ਲਿਆ। ਤੇ ਅੱਜ ਮੇਰੇ ਹਜ਼ੂਰ ਕਹਿਣ ਲੱਗੇ, ਮੰਨੇ ਕੀ ਗੱਤ। ਇੱਥੇ ਮੈਂ ਅਰਜ਼ ਕਰਦਾ, ਜਦੋਂ ਪਾਠ ਕਰਨੇ ਧਿਆਨ ਰੱਖਣਾ, ਮੰਨੇ ਤੇ ਨੰਨੇ ਨੂੰ ਕੇਵਲ ਇੱਕ ਲਾ ਲੱਗੀ, ਇਹਦਾ ਉਚਾਰਨ ਮੰਨੇ ਅਰਥ ਬਣ ਗਿਆ। ਜਿਸ ਨੇ ਮੰਨ ਲਿਆ ਹੈ, ਜਿਹਦਾ ਮਨ ਪਤੀਜ ਗਿਆ, ਜਿਹਨੇ ਗੁਰੂ ਦੇ ਬਚਨਾਂ ਨੂੰ ਸੱਤ ਸੱਤ ਕਰਕੇ ਪ੍ਰਵਾਨ ਕਰ ਲਿਆ, ਸਾਹਿਬ ਕਹਿੰਦੇ ਮੰਨੇ ਕੀ ਗੱਤ। ਗੱਤ ਦਾ ਅਰਥ ਹੈ ਅਵਸਥਾ, ਗੱਤ ਦਾ ਅਖਰੀ ਅਰਥ ਵਿਦਵਾਨਾਂ ਨੇ ਹਾਲਤ ਵੀ ਕੀਤਾ। ਕਹਿੰਦੇ ਨੇ ਜਿਸ ਨੇ ਗੁਰੂ ਕੇ ਬਚਨਾਂ ਨੂੰ ਆਪਣੇ ਮਨ ਵਿੱਚ ਮੰਨ ਲਿਆ, ਕਹਿਣ ਲੱਗੇ ਮੰਨੇ ਕੀ ਗੱਤ ਕਹੀ ਨਾ ਜਾਏ। ਕੋਈ ਦੁਨੀਆਂ ਦੀ ਤਾਕਤ ਨਹੀਂ, ਜਿਹਨੇ ਮੰਨ ਲਿਆ ਬੋਲ ਕੇ ਕਹਿ ਦੇ ਕਿ ਇਹ ਇੰਨੀ ਉੱਚੀ ਅਵਸਥਾ ਦਾ ਮਾਲਕ ਹੈ। ਸਾਹਿਬ ਕਹਿੰਦੇ ਨੇ ਨਹੀਂ ਪਿਆਰਿਆ, ਇੱਥੇ ਤਾਂ ਕਿਨਕਾ ਏਕ ਜੀ ਜੀ ਬਸਾਵੇ। ਮੈਂ ਉਸ ਦਿਨ ਅਰਜ਼ ਕੀਤੀ ਸੀ, ਜਿਹਦੇ ਅੰਦਰ ਹੀ ਕਿਨਕਾ ਵੱਸ ਜਾਏ ਉਹਦੀ ਮਹਿਮਾ ਬਿਆਨ ਨਹੀਂ ਹੋ ਸਕਦੀ। ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੈ। ਜੇ ਕੋਈ ਕਹਿਣ ਦੀ ਕੋਸ਼ਿਸ਼ ਕਰੇ ਕਿ ਜਿਹਨੇ ਮੰਨ ਲਿਆ ਵੀ ਇਹਦੀ ਅਵਸਥਾ ਨੂੰ ਮੈਂ ਇਹਦੇ ਜੀਵਨ ਨੂੰ ਬਿਆਨ ਕਰਨੇ, ਸਾਹਿਬ ਕਹਿੰਦੇ ਨੇ ਪਿੱਛਾ ਪਛਤਾਏ। ਉਹਨੂੰ ਕੇਵਲ ਪਛਤਾਉਣਾ ਪੈਂਦਾ, ਜਿਹਨੇ ਮੰਨ ਲਿਆ ਉਹਦੀ ਅਵਸਥਾ ਨੂੰ ਕਿਉਂ ਬਿਆਨ ਕਰੇਗਾ। ਜਿਹੜਾ ਮੰਨ ਜਾਂਦਾ ਹੈ ਨਾ, ਅਸਲ ਵਿੱਚ ਉਹ ਪਰਮੇਸ਼ਵਰ ਦੇ ਨਾਲ ਅਭੇਦ ਹੋ ਜਾਂਦਾ। ਮੈਂ ਵਿਚਾਰ ਦੇ ਆਰੰਭ ਵਿੱਚ ਅਰਜ਼ ਕੀਤੀ, ਜੇ ਵਾਹਿਗੁਰੂ ਜੀ ਦੀ ਗੱਤ ਮਿੱਤ ਕੇਵਲ ਵਾਹਿਗੁਰੂ ਜੀ ਜਾਣਦੇ ਨੇ, ਤੇ ਜਿਹਨੇ ਉਹਨੂੰ ਮੰਨ ਲਿਆ ਉਹਦੀ ਅਵਸਥਾ ਨੂੰ ਵੀ ਕੇਵਲ ਉਹ ਜਾਣਦਾ, ਕੋਈ ਹੋਰ ਨਹੀਂ। ਕਿਉਂਕਿ ਮੰਨਣ ਵਾਲਾ ਉਹਦਾ ਰੂਪ ਹੋ ਗਿਆ। ਸਾਹਿਬ ਨੇ ਬਾਣੀ ਵਿੱਚ ਕਿਹਾ, ਸੰਤ ਰਹਿਤ ਕਹਿਣ ਲੱਗੇ, ਸੁਣੋ ਮੇਰੇ ਭਾਈ, ਉਹ ਆ ਕੀ ਮਹਿਮਾ ਕਥਨ ਨਾ ਜਾਈ। ਉਹਦੀ ਮਹਿਮਾ ਨੂੰ ਕੀ ਬਿਆਨ ਕਰੇਗਾ ਜਿਹਨੇ ਗੁਰੂ ਕੇ ਬਚਨਾਂ ਨੂੰ ਮੰਨ ਲਿਆ। ਕਿਉਂਕਿ ਜਿਹਨੇ ਮੰਨ ਲਿਆ ਉਹਦੇ ਬਾਰੇ ਤਾਂ ਸਾਹਿਬ ਕਹਿੰਦੇ ਨੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਾਹ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਦ ਦੇਖੂ ਤਤ। ਤੂੰ ਜਿਹੜਾ ਤੂੰ ਬਣ ਜਾਏਗਾ, ਜੇ ਵਾਹਿਗੁਰੂ ਦੀ ਅਵਸਥਾ ਕੋਈ ਬਿਆਨ ਨਹੀਂ ਕਰ ਸਕਦਾ, ਤੇ ਸੱਜਣਾ ਜਪਣ ਵਾਲੇ ਮੰਨਣ ਵਾਲੇ ਦੀ ਅਵਸਥਾ ਨੂੰ ਕਿੰਨੇ ਬਿਆਨ ਕਰਨਾ। ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛਾ ਪਛਤਾਏ। ਸਾਹਿਬ ਕਹਿੰਦੇ ਨੇ ਕਾਗਜ਼ ਕਲਮ ਨਾ ਲਿਖਣ ਹਾਰ। ਜਿਹੜਾ ਨੰਨਾ ਸ਼ਬਦ ਹੈ ਨਾ, ਇਹ ਦੇਹਲੀ ਦੀਪਕ ਹੈ, ਕਾਗਜ਼ ਨਾਲ ਵੀ ਲੱਗਦਾ ਤੇ ਲਿਖਣ ਹਾਰ ਨਾਲ ਵੀ ਲੱਗਦਾ। ਸਾਹਿਬ ਕਹਿੰਦੇ ਨੇ ਜੇ ਕੋਈ ਇਹ ਕਹੇ ਵੀ ਜਿਹਨੇ ਮੰਨ ਲਿਆ ਮੈਂ ਉਹਦੀ ਅਵਸਥਾ ਨੂੰ ਕਾਗਜ਼ ਤੇ ਲਿਖ ਦੇਣਾ, ਸਾਹਿਬ ਕਹਿੰਦੇ ਨੇ ਭਾਵੇਂ ਜਿਤਨਾ ਮਰਜ਼ੀ ਵੱਡਾ ਲਿਖਾਰੀ ਹੋਵੇ, ਵਿਦਵਾਨ ਹੋਵੇ, ਜਿਤਨਾ ਮਰਜ਼ੀ ਗੁਣੀ ਗਿਆਨੀ ਹੋਵੇ, ਕਹਿੰਦੇ ਨੇ ਜਿਹਨੇ ਮੰਨ ਲਿਆ ਕਿਸੇ ਕਾਗਜ਼ ਤੇ ਕਲਮ ਲੈ ਕੇ ਕੋਈ ਵੀ ਲਿਖਾਰੀ ਉਹਦੇ ਜੀਵਨ ਨੂੰ ਪੂਰਾ ਲਿਖ ਹੀ ਨਹੀਂ ਸਕਦਾ, ਉਹਦੀ ਅਵਸਥਾ ਇੰਨੀ ਕੋਚੀ। ਕਾਗਜ਼ ਕਲਮ ਨਾ ਲਿਖਣ ਹਾਰ, ਨਾ ਕੋਈ ਕਾਗਜ਼ ਤੇ ਨਾ ਕੋਈ ਕਲਮ ਲੈ ਕੇ ਲਿਖਣ ਹਾਰ ਦਾ ਕੋਈ ਲਿਖਾਰੀ ਉਸ ਦੇ ਜੀਵਨ ਨੂੰ ਬਿਆਨ ਕਰ ਹੀ ਨਹੀਂ ਸਕਦਾ। ਸਤਿਗੁਰੂ ਫਿਰ ਜੇ ਕੋਈ ਬਹਿ ਕੇ ਉਹਦੇ ਜੀਵਨ ਨੂੰ ਵਿਚਾਰਨ ਲੱਗ ਪਵੇ, ਮਹਾਰਾਜ ਕਹਿੰਦੇ ਨੇ ਨਹੀਂ, ਜਿਹਨੇ ਮੰਨ ਲਿਆ ਉਹਦੇ ਜੀਵਨ ਨੂੰ ਨਾ ਕੋਈ ਕਹਿ ਸਕਦਾ ਨਾ ਕੋਈ ਲਿਖ ਸਕਦਾ। ਕਿਉਂਕਿ ਕਈ ਵਾਰੀ ਕਈ ਸੱਜਣ ਕਹਿੰਦੇ ਨੇ ਮੈਂ ਬੋਲ ਨਹੀਂ ਸਕਦਾ, ਮੈਂ ਲਿਖ ਕੇ ਦੁਨੀਆਂ ਤੱਕ ਗੱਲ ਪਹੁੰਚਾ ਸਕਣਾ। ਕਹਿੰਦੇ ਨੇ ਨਾ ਉਹਨੂੰ ਕੋਈ ਬੋਲ ਸਕਦਾ ਨਾ ਲਿਖ ਸਕਦਾ। ਮੰਨੇ ਕਾ ਬਹਿ ਕਰਨ ਵਿਚਾਰ, ਜਿਹਨੇ ਨਾਮ ਨੂੰ ਮੰਨ ਲਿਆ। ਬਹਿ ਦਾ ਅਰਥ ਮਿੱਠ ਕੇ ਚੰਗੀ ਤਰ੍ਹਾਂ ਆਪਸ ਵਿੱਚ ਵਿਚਾਰ ਵਟਾਂਦਰਾ ਕਰਨ ਕਿ ਫਲਾਣਾ ਜਿਹੜਾ ਮਹਾਂਪੁਰਸ਼ ਨਾਮ ਜਪਣ ਵਾਲਾ ਹੋਇਆ ਉਹਦੇ ਅਵਸਥਾ ਨੂੰ ਆਪਾਂ ਬਿਆਨ ਕਰਨੇ। ਸਾਹਿਬ ਕਹਿੰਦੇ ਨੇ ਭਾਵੇਂ ਸਾਰੀ ਜ਼ਿੰਦਗੀ ਲਿਖ ਕੇ ਬਹਿ ਕੇ ਉਹਦੇ ਜੀਵਨ ਤੇ ਗੋਸ਼ਟੀਆਂ ਕਰੀ ਜਾਓ, ਉਹਦੇ ਜੀਵਨ ਤੇ ਵਿਚਾਰ ਕਰੀ ਜਾਓ,
ਉਹਦੇ ਬਚਨਾਂ ਨੂੰ ਤੁਸੀਂ ਦਿਨ ਰਾਤ ਆਪਸ ਵਿੱਚ ਸਾਂਝੇ ਕਰੀ ਜਾਓ, ਪਰ ਅਖੀਰ ਤੇ ਉੱਠ ਕੇ ਕਹੋਗੇ ਕਿ ਜੋ ਕੁਝ ਕਿਹਾ ਇਹ ਪੂਰਾ ਨਹੀਂ, ਉਹਦਾ ਜੀਵਨ ਉਸ ਤੋਂ ਵੀ ਅੱਗੇ। ਕਹਿਣ ਲੱਗੇ ਮੰਨੇ ਕਾ ਬਹਿ ਕਰਨ ਵਿਚਾਰ, ਜੇ ਕੋਈ ਬਹਿ ਕੇ ਉਹਦੇ ਜੀਵਨ ਦੀ ਵਿਚਾਰ ਕਰੇ ਤਾਂ ਵੀ ਬਿਆਨ ਨਹੀਂ ਹੋ ਸਕਦਾ। ਤੇ ਸਤਿਗੁਰੂ ਗੁਰਦੇਵ ਜੀ ਫਿਰ ਜਿੰਨੇ ਮੰਨ ਲਿਆ ਉਹਦੀ ਅਵਸਥਾ ਇੰਨੀ ਉੱਚੀ ਹੋਈ, ਕਿੱਥੋਂ ਮਿਲੀ ਅਵਸਥਾ? ਕਹਿਣ ਲੱਗੇ ਐਸਾ ਨਾਮ ਨਿਰੰਜਨ ਹੋਏ। ਨਿਰੰਜਨ ਦੋ ਸ਼ਬਦ ਦੇ, ਇੱਕ ਅੰਜਨ, ਇੱਕ ਸ਼ਬਦ ਨਿਰ, ਨਿਰਦਰ ਤੇ ਰਹਿਤ। ਅੰਜਨ ਦਾ ਅਰਥ ਹੁੰਦਾ ਸੁਰਮਾ, ਅੱਖਰੀ ਅਰਥ ਸੁਰਮਾ, ਤੇ ਇਸੇ ਅਰਥ ਕਰਨਾ ਆਪਾਂ ਕਾਲਖ। ਕਾਲਖ ਦਰ ਤੇ ਮਾਇਆ ਦੀ ਕਾਲਖ। ਕਹਿੰਦੇ ਨੇ ਵਾਹਿਗੁਰੂ ਜੀ ਦਾ ਨਾਮ ਇੰਨਾ ਪਵਿੱਤਰ, ਇੰਨਾ ਸਵੱਛ ਤੇ ਨਿਰਮਲ ਏ, ਮੇਰੇ ਦਾਤੇ ਨੂੰ ਕਿਸੇ ਕਿਸਮ ਦਾ ਕੋਈ ਦਾਗ ਤੇ ਕਾਲਖ ਹੈ ਹੀ ਨਹੀਂ। ਐਸਾ ਨਾਮ ਨਿਰੰਜਨ ਹੋਏ। ਕਹਿੰਦੇ ਨੇ ਇਹ ਅਵਸਥਾ ਇਸ ਨਾਮ ਦੀ ਜੁੜ ਕੇ, ਜਿਹੜਾ ਨਾਮ ਕਾਲਖ ਤੋਂ ਰਹਿ ਤੇ, ਉਸ ਮਾਲਕ ਨੂੰ ਕੋਈ ਕਿਸੇ ਕਿਸਮ ਦੀ ਕਾਲਖ ਨਹੀਂ। ਪਰ ਇੱਕ ਸਾਹਿਬ ਨੇ ਹੋਰ ਬਖਸ਼ਿਸ਼ ਕੀਤੀ, ਕਹਿੰਦੇ ਨੇ ਜਦੋਂ ਕੋਈ ਸੰਸਾਰ ਦੀ ਕਾਲਖ ਵਿੱਚ ਰਹਿੰਦਾ ਤੇ ਜੇ ਉਹ ਨਿਰਅੰਜਨ ਨਾਲ ਜੁੜ ਜਾਏ ਨਾ, ਤੇ ਚੇਤੇ ਰੱਖਣਾ ਕਾਲਖ ਉਹਨੂੰ ਵੀ ਨਹੀਂ ਲੱਗਦੀ। ਅੰਜਨ ਮਾਹੇ ਨਿਰੰਜਨ ਰਹੀ ਹੈ, ਉਹ ਰਹਿੰਦਾ ਕਾਲਖ ਵਿੱਚ, ਪਰ ਨਾਮ ਨਾਲ ਜੁੜ ਕੇ ਕਾਲਖ ਤੋਂ ਰਹਿ ਤੇ ਐਸਾ ਨਾਮ ਨਿਰੰਜਨ ਹੋਏ, ਕਿਸੇ ਕਿਸਮ ਦੀ ਕਾਲਖ ਨਹੀਂ। ਹੁਣ ਇਸੇ ਬਚਨੇ ਜੇ ਕੋ ਮਨ, ਸ਼ਬਦ ਮਨ ਨਹੀਂ, ਮੰਮੇ ਉੱਤੇ ਟਿੱਪੀ ਲੱਗੀ ਏ, ਨੰਨੇ ਨੂੰ ਸਿਹਾਰੀ ਏ, ਇਹਦਾ ਅਰਥ ਕੀਤਾ ਗੁਰਮੁਖਾਂ ਨੇ ਜੇ ਕੋ ਮਨ ਜਾਣੇ ਮਨ ਕੋਏ। ਪਹਿਲਾਂ ਟਿੱਪੀ ਲਾ ਕੇ ਉਚਾਰਨ ਕੀਤਾ, ਜਿੱਥੇ ਟਿੱਪੀ ਲਾ ਕੇ ਮਨ, ਇਹਦਾ ਅਰਥ ਹੈ ਕਿ ਜੇ ਕੋਈ ਸ਼ਰਧਾ ਰੱਖ ਲਵੇ, ਜੇ ਕੋਈ ਮਨ ਲਵੇ। ਹੁਣ ਦੇਖੋ ਸਾਹਿਬ ਦੇ ਬਚਨ ਕੈਸੇ ਰਮਜ ਭਰੇ ਨੇ। ਇੱਕ ਇੱਕ ਅੱਖਰ ਵਰਤੀਏ, ਜੇ ਕੋ ਮਨ ਜਾਣੇ, ਜੇ ਕੋ ਦਾ ਅਰਥ ਹੋ ਗਿਆ ਜੇ ਕੋਈ ਮਨ ਜਾਣੇ, ਉਸ ਨੂੰ ਸ਼ਰਧਾ ਧਾਰ ਕੇ ਮਨ ਲੈ, ਇੱਥੇ ਮਨ ਦਾ ਅਰਥ ਮੰਨਣਾ। ਫਿਰ ਅਗਲਾ ਬਚਨ ਕਹਿੰਦੇ ਨੇ ਮਨ ਕੋਏ। ਹੁਣ ਸੋਚਾਂਗੇ ਵੀ ਕੋਏ ਦੇ ਅਰਥ ਕੀ ਬਣਨਗੇ? ਮਹਾਰਾਜ ਜੀ ਜੇ ਕੋ ਦਾ ਤੇ ਅਰਥ ਪਹਿਲਾਂ ਹੀ ਆ ਗਿਆ, ਜੇ ਕੋ ਜੇ ਕਿਤੇ ਕੋਈ ਮਨ ਲਵੇ, ਜੇ ਕੋ ਮਨ ਜਾਣੇ ਮਨ ਕੋਏ। ਕਹਿੰਦੇ ਨੇ ਜੇਕਰ ਕੋਈ ਸ਼ਰਧਾ ਧਾਰ ਕੇ ਆਪਣੇ ਮਨ ਵਿੱਚ ਇਹਨੂੰ ਮਨ ਲਵੇ, ਤੇ ਮਹਾਰਾਜ ਕੋਏ ਦਾ ਅਰਥ ਕੀ ਹੋਇਆ? ਤੇ ਗੁਰਮੁਖ ਵਿਦਵਾਨਾਂ ਨੇ ਫਿਰ ਇਹਦਾ ਅਰਥ ਕੀਤਾ, ਕੋਏ ਦਾ ਅਰਥ ਹਰ ਕੋਈ ਮੰਨ ਨਹੀਂ ਸਕਦਾ, ਕੋਈ ਟਾਵਾਂ ਟਾਵਾਂ ਜਿਹੜਾ ਇਸ ਬਚਨ ਨੂੰ ਮੰਨ ਲਵੇਗਾ। ਜੇ ਕੋ ਮਨ ਜਾਣੇ ਮਨ ਕੋਏ, ਜੇ ਕੋਈ ਸ਼ਰਧਾ ਧਾਰ ਕੇ ਉਸ ਨਿਰਮਲ ਨਾਮ ਨੂੰ ਆਪਣੇ ਹਿਰਦੇ ਵਿੱਚ ਮੰਨ ਲਵੇ, ਉਸ ਨਿਰਮਲ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾ ਲਵੇ, ਤੇ ਮੇਰਾ ਗੁਰੂ ਨਾਨਕ ਸਾਹਿਬ ਕਹਿੰਦਾ ਉਹਦੀ ਅਵਸਥਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਉਹਦੇ ਜੀਵਨ ਨੂੰ ਕਿੰਨੇ ਬਿਆਨ ਕਰਨੇ, ਤੇ ਜਿੰਨੇ ਮੰਨ ਲਿਆ ਉਹ ਫਿਰ ਦੁਨੀਆਂ ਦੀ ਵੀ ਪਰਵਾਹ ਨਹੀਂ ਕਰਦਾ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ, ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤਹੋ ਮਨ ਮਾਨਿਆ। ਹੁਣ ਮਨ ਨੇ ਮੰਨ ਲਿਆ, ਮਨ ਮਾਨੇ ਲੋਕ ਨਾ ਭਤੀਜੇ, ਜਿਹਨੇ ਮੰਨ ਲਿਆ ਫਿਰ ਦੁਨੀਆਂ ਨੂੰ ਕੁਛ ਨਹੀਂ ਕਰਦਾ। ਇਹਦਾ ਮਤਲਬ ਇਹ ਨਹੀਂ ਕਿ ਦੁਨੀਆਂ ਤੋਂ ਨਫ਼ਰਤ ਕਰਦਾ। ਮਨ ਮਾਨੇ ਲੋਕ ਨਾ ਭਤੀਜੇ, ਨਾ ਭਤੀਜੇ ਤਹੋ ਕਿਆ ਕੀਜੇ। ਸਾਹਿਬ ਕਹਿੰਦੇ ਜਿਹਨੇ ਮੰਨ ਲਿਆ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨੀ। ਜਿਹਨੇ ਗੁਰੂ ਦੇ ਬਚਨਾਂ ਨੂੰ ਸਤ ਸਤ ਕਰਕੇ ਮੰਨ ਲਿਆ, ਪਿਆਰਿਓ ਉਹਦੀ ਅਵਸਥਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਸਾਹਿਬ ਕਹਿੰਦੇ ਨੇ ਗੁਰੂ ਕੇ ਸਿੱਖਾ ਜੇ ਤੂੰ ਬਚਨ ਸੁਣਨਾ, ਤੈਨੂੰ ਆਪਣੇ ਜੀਵਨ ਵਿੱਚ ਮੰਨ ਲੈ। ਤੇਰੇ ਗੁਰੂ ਨੇ ਬਾਣੀ ਵਿੱਚ ਕਿਹਾ ਕਿ ਵਕਾਰਾਂ ਤੋਂ ਬਚ ਇਹਨੂੰ ਮੰਨ ਲੈ। ਤੇਰੇ ਸਤਿਗੁਰੂ ਨੇ ਕਿਹਾ ਤੂੰ ਕੇਵਲ ਗੁਰੂ ਕੇ ਮੰਤਰ ਤੇ ਵਿਸ਼ਵਾਸ ਰੱਖ ਇਹਨੂੰ ਮੰਨ ਲੈ। ਤੇਰੇ ਸਤਿਗੁਰੂ ਨੇ ਕਿਹਾ ਤੂੰ ਸ਼ਬਦ ਤੋਂ ਅਗਵਾਈ ਲੈ ਇਹਨੂੰ ਮੰਨ ਲੈ। ਤੇਰਾ ਗੁਰੂ ਕਹਿੰਦਾ ਤੂੰ ਪੰਜਾਂ ਤੋਂ ਅੰਮ੍ਰਿਤ ਦੀ ਦਾਤ ਲੈ ਲੈ, ਫਿਰ ਤਰਕ ਨਾ ਕਰ ਇਹਨੂੰ ਸਤ ਬਚਨ ਕਰਕੇ ਮੰਨ ਲੈ। ਮੰਨਣ ਵਿੱਚ ਬੜਾ ਆਨੰਦ ਏ, ਤੇ ਜਿਹੜਾ ਮੰਨ ਲੈਂਦਾ ਫਿਰ ਉਹਦੀ ਅਵਸਥਾ ਬੜੀ ਉੱਚੀ ਏ। ਉਸ ਅਵਸਥਾ ਨੂੰ ਕਿਸੇ ਨੇ ਬਿਆਨ ਨਹੀਂ ਕਰਨਾ। ਮੈਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਇੱਕ ਦਿਨ ਹੁਕਮਨਾਮੇ ਪਿਆ ਪੜਾਂ, ਤੇ ਸਤਿਗੁਰੂ ਮਾਲਵੇ ਦੀ ਧਰਤੀ ਤੇ ਜਦੋਂ ਮਹਿਰਾਮਤ ਕਰਦੇ ਨੇ, ਸਤਿਗੁਰੂ ਉੱਥੇ ਵਿਚਰੇ ਨੇ। ਭਾਈ ਤਲੋਕੇ ਨੂੰ ਹੁਕਮਨਾਮਾ ਲਿਖਦਾ ਬੈਰਾਗ ਸੀ ਭਾਈ ਤਲੋਕਾ, ਤੇ ਜ਼ਫ਼ਰਨਾਮੇ ਵਿੱਚ ਵੀ ਉਹਨਾਂ ਕਿਹਾ ਔਰੰਗਜ਼ੇਬ
ਤੂੰ ਮਾਲਵੇ ਦੀ ਧਰਤੀ ਤੇ ਆ, ਤੈਨੂੰ ਦੁੱਖ ਲੱਗਦਾ ਕਿ ਸ਼ਾਇਦ ਬੈਰਾੜ ਮੇਰੇ ਤੇ ਹੱਲਾ ਕਰਨ, ਉਹ ਮੇਰੇ ਹੁਕਮ ਵਿੱਚ ਨੇ। ਕਮਾਲ ਦੀ ਗੱਲ, ਜਿਹੜਾ ਗੁਰੂ ਦੇ ਹੁਕਮ ਨੂੰ ਮੰਨ ਲੈਂਦਾ ਉਹਨੂੰ ਹੁਕਮਨਾਮਾ ਲਿਖਦੇ ਨੇ, ਭਾਈ ਤਲੋਕੇ ਤੇਰਾ ਘਰ ਮੇਰਾ ਘਰ ਏ, ਮੇਰਾ ਘਰ ਤੇਰਾ ਘਰ। ਕਿੰਨੀ ਕੁ ਉੱਚੀ ਅਵਸਥਾ ਹੋਵੇਗੀ ਜਿਹਨੂੰ ਗੁਰੂ ਨੇ ਲਿਖ ਕੇ ਦੇ ਦਿੱਤਾ, ਭਾਈ ਤਲੋਕੇ ਤੇਰਾ ਘਰ ਮੇਰਾ ਘਰ ਏ, ਮੇਰਾ ਘਰ ਤੇਰਾ ਘਰ ਏ। ਇਹਨਾਂ ਵਸਤੂਆਂ ਦੀ ਲੋੜ ਏ, ਸ਼ਤਾਬੀ ਆਉਣਾ ਛੇਤੀ ਚੱਲ ਪੈਣਾ। ਇਹਦਾ ਮਤਲਬ ਜਦੋਂ ਸਿੱਖਾ ਤੂੰ ਗੁਰੂ ਦੇ ਬਚਨ ਮੰਨ ਲਏਗਾ ਨਾ, ਉਦਨ ਗੁਰੂ ਤੇਰੇ ਚਰਨਾਂ ਵਿੱਚ ਵੀ ਖਲੋ ਕੇ ਕਹਿ ਦੇਗਾ ਕਿ ਮੰਨੇ ਕੀ ਗੱਤ ਕਈ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਸਹਿਬ ਕਿਰਪਾ ਕਰਨ ਅਗਲੀਆਂ ਪੌੜੀਆਂ ਨੇ ਮੰਨੇ। ਜੇ ਕੋਈ ਮੰਨ ਲਵੇ, ਹੁਣ ਇੱਕ ਮੈਂ ਬੇਨਤੀ ਥੋੜੀ ਜੀ ਕਰਦੇ ਆ ਵੀ, ਜੇ ਇੱਕ ਪਾਸੇ ਗੁਰੂ ਜੀ ਨੇ ਕਹਿ ਦਿੱਤਾ ਵੀ ਮੰਨੇ ਦੀ ਹਾਲਤ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਹੁਣ ਕੱਲ ਤੋਂ ਉਹਨਾਂ ਨੇ ਦੱਸਣੇ ਵੀ ਜਿਹੜੇ ਮੰਨ ਲੈਂਦੇ ਨੇ ਉਹਨਾਂ ਨੂੰ ਕੀ ਮਿਲਦਾ, ਤੇ ਕੁਦਰਤੀ ਤੌਰ ਤੇ ਸਵਾਲ ਉੱਠੇਗਾ ਜੇ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਫਿਰ ਬਾਬਾ ਜੀ ਕਿਵੇਂ ਕਹਿ ਰਹੇ ਨੇ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ। ਜੇ ਬਿਆਨ ਨਹੀਂ ਹੋ ਸਕਦੀ ਫਿਰ ਜਿਹੜਾ ਮੰਨਣ ਨਾਲ ਕੀ ਹੋਵੇਗਾ। ਅਸਲ ਵਿੱਚ ਸਾਹਿਬ ਕਹਿੰਦੇ ਨੇ ਜੋ ਕੁਝ ਮੈਂ ਕਹਿ ਰਿਹਾ ਇਹ ਪੂਰਾ ਨਹੀਂ, ਮੈਂ ਕੁਝ ਕੁ ਉਹਦੇ ਜੀਵਨ ਦੇ ਗੁਣ ਤੇਰੇ ਨਾਲ ਸਾਂਝੇ ਕਰਾਂਗਾ ਕਿ ਜਿਹੜਾ ਮੰਨ ਲੈਂਦਾ, ਜੇ ਮੰਨ ਲਏਗਾ ਤੇ ਕੀ ਕਿਰਪਾ ਵਾਪਰੇਗੀ। ਇਹਦੀਆਂ ਕੋ ਬੇਨਤੀਆਂ ਅੱਜ ਪ੍ਰਵਾਨ ਕਰਨੀਆਂ, ਖੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦਿਆ ਜੇ ਪਿਆਰਿਓ। ਆਓ ਆਪਾਂ ਵੀ ਗੁਰੂ ਤੋਂ ਅੰਮ੍ਰਿਤ ਦੀ ਦਾਤ ਲਈਏ ਤੇ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰੂ ਕੇ ਬਚਨ ਮੰਨ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।